ਮੰਗਾ ਸਿੰਘ ਅੰਤਾਲ ਦੀ ਪੁਸਤਕ ਹੈ ਸ਼ਰਾਰਤੀ ਤਤ ਮੌਤ ਤੋਂ ਜੀਵਨ ਵੱਲ ਸੱਚੀ ਖਾ ਧੰਨਵਾਦ ਖਾਸ ਕਰ ਮਰਹੂਮ ਬਬਲੇ ਭਾਜੀ ਦਾ ਜਿਨ੍ਹਾਂ ਨੇ ਬਾਪੂ ਜੀ ਤੋਂ ਬਾਅਦ ਮੈਨੂੰ ਸੰਭਾਲਿਆ ਤੇ ਮੇਰੀ ਜੀਵਨ ਸਾਥਣ ਅਮਰਿਤ ਦਾ ਜਿਸ ਨੇ ਇੰਨਾ ਨੰਗਾ ਚਿੱਟਾ ਸੱਚ ਲਿਖਣ ਦੀ ਇਜਾਜ਼ਤ ਦਿੱਤੀ ਨਹੀਂ ਤਾਂ ਇਹ ਨਹੀਂ ਲਿਖੀ ਜਾਣੀ ਸੀ ਬੜਾ ਔਖਾ ਹੋਣ ਵਾਲਾ ਹੈ ਉਹਦੇ ਲਈ ਇਸ ਕਿਤਾਬ ਦੇ ਛਪਣ ਤੋਂ ਬਾਅਦ ਪਹਿਲਾ ਅੰਗ ਜੰਮ ਕੇ ਮਰਨਾ ਜੇ ਵੱਡੇ ਭਰਾ ਨਾ ਮਰਦੇ ਜੇ ਮੈਂ ਸਭ ਤੋਂ ਵੱਡਾ ਹੁੰਦਾ ਫਿਰ ਮੈਂ ਜਿਹੋ ਜਿਹਾ ਵੀ ਹੁੰਦਾ ਪਰ ਇਹੋ ਜਿਹਾ ਨਾ ਹੁੰਦਾ ਜਿਹੋ ਜਿਹਾ ਹੁਣ ਹਾਂ ਜੇ ਉਹ ਮਰਦੇ ਨਾ ਤਾਂ ਮੈਂ ਜੰਮਦਾ ਨਾ ਭਾਵ ਉਹਨਾਂ ਦੇ ਮਰਨ ਨਾਲ ਮੇਰਾ ਜੰਮਣਾ ਜੁੜਿਆ ਹੋਇਆ ਹੈ ਜਿਸ ਦਿਨ ਮੇਰਾ ਜਨਮ ਹੋਇਆ ਕੋਈ ਖੁਸ਼ੀ ਨਹੀਂ ਸੀ ਮਨਾਈ ਕੋਈ दारू ਸਿੱਕਾ ਨਹੀਂ ਸੀ ਚੱਲਿਆ ਮਾਂ ਨੂੰ ਕਿਸੇ ਹਸਪਤਾਲ ਨਹੀਂ ਸੀ ਲੈ ਕੇ ਗਈ ਜਿਵੇਂ ਸਾਰਿਆਂ ਨੂੰ ਪਤਾ ਹੀ ਹੋਵੇ ਵੀ ਜਦੋਂ ਪਹਿਲੇ ਤਿੰਨ ਨਹੀਂ ਬਚੇ ਤਾਂ ਇਹਨੇ ਵੀ ਕੀ ਬਚਣਾ ਹੈ ਇਹ ਵੀ ਨਹੀਂ ਕਿ ਉਦੋਂ ਪਹੁੰਚ ਨਹੀਂ ਸੀ ਹੋਈ ਮੇਰੀ ਵੱਡੀ ਭੈਣ ਦਾ ਜਨਮ ਹਸਪਤਾਲ 'ਚ ਹੀ ਹੋਇਆ ਸੀ ਪਰ ਉਦੋਂ ਜਦੋਂ ਮੈਂ ਜੰਮਣਾ ਸੀ ਜਾਂ ਕਹਿ ਲਓ ਵੀ ਜੰਮ ਕੇ ਮਰਨਾ ਸੀ ਤਾਂ ਉਸ ਤਰ੍ਹਾਂ ਦੇ ਔੜ-ਪੌੜ ਨਹੀਂ ਸੀ ਹੋ ਰਹੀ ਜੋ ਬੱਚਾ ਜੰਮਣ ਵੇਲੇ ਕਰੇ ਜਾਂਦੇ ਨੇ ਉਦੋਂ ਤਾਂ ਇੱਕ ਮਿੱਥ ਪੁਗਾਈ ਜਾ ਰਹੀ ਸੀ ਅੰਦਰ ਬੈਠਕ 'ਚ ਮੇਰੀ ਮਾਂ ਦਰਦ ਨਾਲ ਤੜਪ ਰਹੀ ਸੀ ਬਾਹਰ ਸਾਰਾ ਪਿੰਡ ਰੱਬ ਰੱਬ ਕਰ ਰਿਹਾ ਸੀ ਸਿਰਫ ਪਿੰਡ ਹੀ ਨਹੀਂ ਜਿੰਨੇ ਲੋਕ ਸਾਡੇ ਟੱਬਰ ਨਾਲ ਜੁੜੇ ਹੋਏ ਸੀ ਸਭ ਪਰੇਸ਼ਾਨ ਇਹ ਮਿੱਥ ਸਾਨੂੰ ਸਭ ਨੂੰ ਪੂਰੀ ਦੀ ਪੂਰੀ ਯਾਦ ਹੈ ਅਸੀਂ ਸੁਣੀ ਐਨੀ ਵਾਰ ਹੈ ਕਿ ਮਨ ਚ ਉੱਕਰੀ ਪਈ ਹੈ ਹਾਂ ਜੇ ਯਾਦ ਨਹੀਂ ਤਾਂ ਮੇਰੀ ਅਸਲ ਜਨਮ ਤਰੀਕ ਸ਼ਾਇਦ ਬੀਬੀ ਜਾਣ ਬੁੱਝ ਕੇ ਭੁੱਲਦੀ ਹੈ ਇਹ ਵੀ ਮਿੱਥ ਦੀ ਹੀ ਕਮਾਲ ਸੀ ਕਹਿੰਦੇ ਇਹਦਾ ਨਾਮ ਕਿਸੇ ਰਜਿਸਟਰ ਵਗੈਰਾ ਚ ਵੀ ਨਹੀਂ ਲਿਖਣਾ ਨਾ ਕਿਸੇ ਕਾਪੀ ਉਤੇ ਮਤਲਬ ਉਹ ਨਾ ਬੁਰੀਆਂ ਸ਼ਿਆਆਂ ਨੂੰ ਪਤਾ ਨਹੀਂ ਸੀ ਲੱਗਣ ਦੇਣਾ ਬਈ ਕੋਈ ਜੰਮਿਆ ਹੈ ਰੱਬ ਤੋਂ ਵੀ ਲੁਕੋ ਕੇ ਰੱਖਣਾ ਸੀ ਸਾਰਿਆਂ ਦੇ ਕਹਿਣ ਵਾਂਗੂ ਰੱਬ ਵੀ ਨਹੀਂ ਸੀ ਚਾਹੁੰਦਾ ਕਿ ਮੇਰੀ ਮਾਂ ਦਾ ਮੁੰਡਾ ਬਚੇ ਮੇਰੇ ਤੋਂ ਵੱਡੇ ਤਿੰਨੋਂ ਭਰਾ ਬੜੇ ਹੁੰਦੜ ਹੇਲ ਸਨ ਜਿਹੜਾ بڑے ਤੋਂ ਛੋਟਾ ਸੀ ਉਹਦਾ ਤਾਂ ਨਾਮ ਵੀ ਰੱਖਤਾ ਸੀ ਬਲਕਾਰ ਸਿੰਘ ਬੀਬੀ ਦੱਸਦੀ ਹੁੰਦੀ ਆ ਉਹ ਜੰਮਦਾਈ 2-3 ਮਹੀਨਿਆਂ ਦੇ ਜਵਾਕਾਂ ਵਰਗਾ ਸੀ ਮੇਰੇ ਜਣੇਪੇ ਸਮੇਂ ਬਸ ਜੀਤੋ ਬੇਬਈ ਕੋਲ ਬੈਠੀ ਸੀ ਜੋ ਇਸ ਮਿੱਥ ਦੀ ਮੁੱਖ ਕੜੀ ਸੀ ਦਰਅਸਲ ਇਸ ਕਾਰਵਾਈ ਲਈ ਪਿੰਡ ਦੀ ਸਭ ਤੋਂ ਗਰੀਬ ਔਰਤ ਦੀ ਲੋੜ ਸੀ ਜਿਹਦੀ ਝੋਲੀ ਮੈਨੂੰ ਜਮਨਸਾਰੀ ਪਾਉਣਾ ਸੀ ਹੁਣ ਗਰੀਬ ਔਰਤਾਂ ਤਾਂ ਪਿੰਡ 'ਚ ਹੋਰ ਵੀ ਬਹੁਤ ਸੀ ਉਂ ਵੀ ਪੈਸੇ ਪੱਖੋਂ ਅਮੀਰ ਲੋਕ ਜ਼ਿਆਦਾ ਦੇਰ ਪਿੰਡਾਂ 'ਚ ਉਦੋਂ ਵੀ ਨਹੀਂ ਸੀ ਰਹਿੰਦੇ ਤੇ ਅੱਜ ਕੱਲ ਤਾਂ ਭਲਾ ਰਹਿਣਾ ਹੀ ਕੀ ਹੈ ਗਰੀਬ ਹੋਣ ਦੇ ਨਾਲ ਨਾਲ ਔਰਤ ਦਾ ਨੀਤ ਪੱਖੋਂ ਅਮੀਰ ਹੋਣਾ ਤੇ ਕੱਚੇ ਘਰ ਰਹਿੰਦੀ ਦਾ ਕੌਲ ਪੱਖੋਂ ਪੱਕੀ ਹੋਣਾ ਜ਼ਰੂਰੀ ਸੀ ਇਹ ਸਾਰਾ ਕੁਝ ਮੇਰੀ ਜੀਤੋ ਬੇਬੇ ਚ ਮੌਜੂਦ ਸੀ ਜੀਤੋ ਬੇਬੇ ਸਾਰੇ ਪਿੰਡ ਲਈ ਬੇਸ਼ੱਕ ਪੂਰਬਣ ਸੀ ਪਰ ਮੇਰੇ ਤੇ ਮੇਰੀ ਮਾਂ ਲਈ ਉਹਦੋਂ ਵੀ ਰੱਬ ਦਾ ਰੂਪ ਸੀ ਤੇ ਅੱਜ ਵੀ ਹੈ ਟੁੱਟੀ ਫੁੱਟੀ ਪੰਜਾਬੀ ਬੋਲਦੀ ਅੱਜ ਵੀ ਮੇਰੀਆਂ ਯਾਦਾਂ ਚ ਮਿਸ਼ਰੀ ਘੋਲਦੀ ਹੈ ਬਹੁਤ ਦੁੱਧ ਪਲਾਇਆ ਉਹਨੇ ਬੱਕਰੀਆਂ ਦਾ ਜਦੋਂ ਮੈਨੂੰ ਜੰਮਣਸਾਰੂ ਦੀ ਝੋਲੀ ਪਾਇਆ ਤਾਂ ਉਹਨੇ ਪਹਿਲਾਂ ਵਾਕ ਬੋਲਿਆ ਸੀ ਲਿਆ ਮੇਰੇ ਗਰੀਬ ਨੂੰ ਮੇਰੇ ਕੋ ਪਕੜਾ ਮੱਥਾ ਚੁੰਮ ਕੇ ਅੱਖਾਂ ਚੋਂ ਹੰਝੂ ਹੰਝੂ ਕੇਰਦੀ ਦਾ ਦੂਜਾ ਵਾਕ ਸੀ ਸਾਲਾ ਕਿਤਨਾ ਕਾਲ ਹੈ ਬੀਬੀ ਦੱਸਦੀ ਹੁੰਦੀ ਹੈ ਉਹਨੇ ਫੇਰ ਨਾਲੇ ਤੈਨੂੰ ਕੁੱਟ ਕੇ ਸੀਨੇ ਨਾਲ ਲਾਇਆ ਨਾਲੇ ਕਹਿੰਦੀ ਹਾਂ ਭਾਈ ਮਾਂ ਹਿਸਕੀ ਕੌਨਸੀ ਗਰੇਜਣ ਹੈ ਪੁਰਬਨ ਕਪੂਤ ਕਾਲਾ ਸਹੀ ਹੋਵੇ ਹੁਣ ਉਹ ਮੈਨੂੰ ਆਪਣਾ ਪੁੱਤ ਮੰਨ ਚੁੱਕੀ ਸੀ ਮਿੱਥ ਮੁਤਾਬਕ ਵੀ ਤੇ ਮਨ ਮੁਤਾਬਕ ਵੀ ਪਰ ਘਰਦਿਆਂ ਨੂੰ ਇੱਥੇ ਇੱਕ ਹੋਰ ਡਰ ਖੜਾ ਹੋ ਗਿਆ ਵੀ ਜੇ ਜੀਤੂ ਆਪਣੀ ਜ਼ੁਬਾਨ ਤੋਂ ਮੁਕਰ ਗਈ ਜੇ ਲਾਲਚ ਵਸ ਹੋਰ ਕੁਝ ਮੰਗ ਲਿਆ ਫੇਰ ਕਿਉਂਕਿ ਮਿੱਥ ਦੀ ਅਗਲੀ ਕਾਰਵਾਈ ਇਹ ਸੀ ਤੇ ਮੇਰੀ ਜੰਮਣ ਵਾਲੀ ਮਾਂ ਨੇ ਮੇਰੀ ਮਿੱਥੀ ਗਈ ਮਾਂ ਤੋਂ ਪੁੱਤ ਮੰਗ ਕੇ ਲੈਣਾ ਸੀ ਭਾਵ ਤਰਲਿਆਂ ਨਾਲ ਮੰਗਤਿਆਂ ਵਾਂਗ ਮੈਨੂੰ ਮੁੰਡਾ ਦੇ ਦੇ ਮੈਂ ਤੇਰੀ ਅੱਗੇ ਹਾੜੇ ਕੱਢਦੀ ਆ ਤੇਰੇ ਤਾਂ ਪਹਿਲਾਂ ਹੀ ਦੋ ਪੁੱਤ ਹੈਗੇ ਤੂੰ ਮੰਗ ਕੀ ਮੰਗਣਾ ਇਹਦੇ ਬਦਲੇ ਇਹ ਬੀਬੀ ਵੱਲੋਂ ਕੱਢੇ ਹਾੜੇ ਸਨ ਹੁਣ ਜੇ ਜੀਤੋ ਬੇਬੇ ਕੋਈ ਹੋਰ ਵਾਧੂ ਚੀਜ਼ ਮੰਗ ਲੈਂਦੀ ਭਾਵ ਕੀਤੇ ਇਕਰਾਰ ਤੋਂ ਭੱਜ ਜਾਂਦੀ ਤਾਂ ਔਖਾ ਹੋ ਜਾਂਦਾ ਕਿਉਂਕਿ ਮਿੱਥ ਮੁਤਾਬਕ ਉਹਨੇ ਇੱਕ ਛੱਜ ਭਰ ਕੇ ਦਾਣਿਆਂ ਦਾ ਤੇ ਇੱਕ ਸੂਟ 21 ਰੁਪਏ ਲੈ ਕੇ ਮੈਨੂੰ ਬੀਬੀ ਨੂੰ ਵਾਪਸ ਦੇ ਦੇਣਾ ਸੀ ਗੱਲ ਇਹ ਵੀ ਨਹੀਂ ਸੀ ਕਿ ਉਹਦੇ ਵੱਧ ਮੰਗਣ ਤੇ ਦੇਣਾ ਹੀ ਦੇਣਾ ਪੈਣਾ ਸੀ ਪਰ ਇੱਥੇ ਵਹਿਮ ਜ਼ਰੂਰ ਖੜਾ ਹੋ ਜਾਣਾ ਸੀ ਜੀਤੋ ਬੇਬੇ ਜਿੰਨੀ ਰੱਜੀ ਰੂਹ ਤੇ ਐਵੇਂ ਕਿੱਥੇ ਕਰ ਸਕਦੀ ਸੀ ਉਹਨੇ ਤਾਂ ਇੱਕੀ ਤੋ ਘਟਾ ਕੇ 1 ਰੁਪਿਆ ਹੀ ਲਿਆ ਅੱਖਾਂ ਸਾਫ਼ ਕਰਦੀ ਲੈ ਬੀਬੀ ਪਕੜ ਆਪਣੇ ਮੁੰਡੇ ਨੂੰ ਅੱਜ ਤੋਂ ਇਹ ਤੇਰਾ ਹੁਆ ਮuje ਇੱਕ ਸਾਜਦਾਨੇ ਕੀ ਇੱਕ ਸੂਟੇ 1 ਰੁਪਿਆ ਦੇ ਦੇ ਕਹਿ ਕੇ ਰੋਪਈ 20 ਰੁਪਏ ਛੱਡ ਕੇ ਆਪਣੀ ਜਾਨ 'ਚ ਉਹਨੇ ਮੈਨੂੰ ਪਹਿਲੀ ਵਾਰ ਦੇਖਣ ਦਾ ਸ਼ਗਨ ਦਿੱਤਾ ਸੀ ਇਹ ਸ਼ਗਨ ਲੁਕਵੇਂ ਰੂਪ ਸੀ ਪਰ ਬਾਅਦ 'ਚ ਮਿਲੇ ਸਾਰੇ ਸ਼ਗਨਾਂ ਤੋਂ ਵੱਡਾ ਹੋ ਨਿਬੜਿਆ ਹੁਣ ਮੇਰੇ ਨਾਮ ਕਰਨ ਦੀ ਵਾਰੀ ਸੀ ਪੰਡਤ ਸਾਡੇ ਪਿੰਡ 'ਚ ਕੋਈ ਹੈ ਨਹੀਂ ਸੀ ਨਾ ਹੋਣਾ ਹੋਂ ਵੀ ਬਾਪੂ ਜੀ ਇਸ ਪੱਖੋਂ ਪੱਕੇ ਸਿੱਖ ਸਨ ਉਹਨਾਂ ਦੇ ਹੁੰਦੇ ਘਰ ਤਾਂ ਕੀ ਸਾਡੀ ਗਲੀ 'ਚ ਵੀ ਕੋਈ ਪਾਂਡਾ ਨਹੀਂ ਸੀ ਵੱਡਦਾ ਘਰਦਿਆਂ ਨੇ ਕੋਈ ਰੋਹਵਦਾਰ ਨਾਮ ਨਹੀਂ ਸੀ ਰੱਖਣਾ ਬਸ ਰਿਹਾ ਖੋਇਆ ਜਾਈ ਰੱਖ ਸਕਦੇ ਸੀ ਤਿੰਨ ਨਾਮ ਚੁਣੇ ਗਏ ਰੁਲਦਾ RAM ਮੰਗਾ RAM ਤੇ ਝੂੜ RAM ਲੈ ਦੇ ਕੇ ਮੰਗਾ RAM ਤੇ ਮੋਹਰ ਲਾਤੀ ਮੋਰ ਵੀ ਕਿਨੇ ਲਾਉਣੀ ਸੀ ਜੀਤੋ ਬੀਬੇ ਨੇ ਮੰਗਾ RAM ਬਹੁਤ ਪਿਆਰਾ ਲਾਗੇ ਸਾਲੇ ਨੂੰ ਮੈਨੂੰ ਪਕੜਾ ਬੀਬੀ ਕਿਹਾ ਤਾਂ ਬਸ ਹੋ ਗਿਆ ਨਾਮ ਕਰਨ ਸਕੂਲ ਚ ਮਾਸਟਰ ਆਣੇ ਮੰਗਾ ਸਿੰਘ ਲਿਖਤਾ ਜਦੋਂ ਕਦੇ ਲੱਗਣਾ ਕਿ ਨਾਮ ਘੈਂਟ ਜੈ ਨਹੀਂ ਤੇ ਕਹਿਣਾ ਬੀਬੀ ਵਧੀਆ ਜੈ ਰੱਖਣਾ ਸੀ ਤਾਂ ਬੀਬੀ ਆਖਦੀ ਰੁਲਦੂ RAM ਰੱਖਦੀ ਏ ਫਿਰ ਮੈਂ ਕਹਣਾ ਨਹੀਂ ਨਹੀਂ ਰੁਲਦੇ ਨਾਲੋਂ ਤਾਂ ਮੰਗਾ ਸਿੰਘ ਹੀ ਠੀਕ ਹੈ ਬੀਬੀ ਦੱਸਦੀ ਹੁੰਦੀ ਐ ਵੀ ਜਨਮ ਤੋਂ ਕੁਝ ਪਲਾਂ ਬਾਅਦ ਤਾਂ ਬਹੁਤ ਔਖੀ ਘੜੀ ਧੀ ਤੇਰੇ ਬੱਚਣ ਦੀ ਕੋਈ ਉਮੀਦ ਨਹੀਂ ਸੀ ਦਰਦ ਬਹੁਤ ਜ਼ਿਆਦਾ ਹੋ ਰਿਹਾ ਤੇ ਡਾਕਟਰ ਕੋਈ ਬੁਲਾ ਨਹੀਂ ਤੀ ਸਕਦੇ ਤੇ ਜਦੋਂ ਇਹ ਲੈਣ ਦੇਣ ਤੇ ਮੰਗ ਮੰਗਾਈ ਹੋ ਰਹੀ ਧੀ ਤਾਂ ਮੈਂ ਚਾਦਰ ਲਪੇਟੀ ਭੁੰਜੇ ਬੈਠੀ ਤੇ ਜਿੱਥੋਂ ਬੇਬੇ ਮੇਰੇ ਸਿਲੇ ਵਾਲੇ ਮੰਜੇ ਉੱਤੇ ਪਈ ਧੀ ਤੇਰੇ ਕੋਲ ਫਿਰ ਅਸੀਂ ਦੋਵੇਂ ਜਾਣੀਆਂ ਘੰਟੇ ਸਾਰੇ ਬਾਅਦ ਆਪਣੀ ਆਪਣੀ ਥਾਂਵਾਂ ਹੀ ਹੋਈਆਂ ਮੈਨੂੰ ਛੋਟੇ ਹੁੰਦੇ ਨੂੰ ਤਾਂ ਸਮਝ ਨਹੀਂ ਸੀ ਹੁੰਦੀ ਬੀਬੀ ਬੀ ਚਾਦਰ ਲਪੇਟੀ ਕਿਉਂ ਬੈਠੀ ਧੀ ਨਾ ਹੀ ਐਡੀ ਗੱਲ ਲੱਗਦੀ ਸੀ ਵੀ ਘੰਟਾ ਸਾਰਾ ਪੈਰਾਂ ਪਾਰ ਬੈਠਣਾ ਕਿੰਨਾ ਕੌਖਾ ਹੋ ਪਰ ਹੁਣ ਜਦੋਂ ਸਮਝ ਆਈ ਕਿ ਬੱਚੇ ਨੂੰ ਜਨਮ ਦੇ ਅੰਸਾਰ ਪੈਰਾਂ ਪਾਰ ਬੈਠਣਾ ਕਿੰਨਾ ਖਤਰਨਾਕ ਹੈ ਉਹ ਵੀ ਇੰਨਾ ਚਿਰ ਤਾਂ ਭੱਜ ਕੇ ਜਾ ਮਾਂ ਨੂੰ ਜੱਫੀ ਪਾ ਲੈਣਾ ਆ ਵਾਰਤਾ ਲਿਖਦੇ ਨਹੀਂ ਵੀ ਐਵੇਂ ਕੀਤਾ ਉੱਗੋ ਕਹਿੰਦੀ ਕੀ ਹੋਇਆ ਮੇਰੇ ਬਘਿਆੜ ਤੋਂ ਵੀ ਬਹਾਦਰ ਪੁੱਤ ਨੂੰ ਕੋਈ ਸੁਪਨਾ ਦੇਖ ਕੇ ਤਾਂ ਡਰਦਾ ਨਹੀਂ ਤੂੰ ਇਹ ਕਹਿੰਦੀ ਨੇ ਉਹਨੇ ਮੈਨੂੰ ਕੋਲ ਨੂੰ ਲਾ ਲਿਆ ਮੈਂ ਆਖਿਆ ਕੁਛ ਨਹੀਂ ਬਸ ਮਾਂ ਨੇ ਜਿੱਥੇ ਸ਼ੇਰ ਪੁੱਤ ਕਹਿਣਾ ਹੁੰਦਾ ਹੈ ਉੱਥੇ ਬਗਿਆੜ ਤੋਂ ਬਹਾਦਰ ਸ਼ਬਦ ਵਰਤ ਲੈਂਦੀ ਹੈ ਕਿਉਂਕਿ ਆਪਣੇ ਪਤੀ ਦਾ ਨਾਮ ਨਹੀਂ ਲੈਂਦੀ ਕਈ ਵਾਰ ਕਹਾ ਵੀ ਲੈਣਿਆ ਚਲਾਕੀ ਨਾਲ ਫਿਰ ਹੱਸ ਪੈਂਦੀ ਹੈ ਖੈਰ ਜਿੱਤੋ ਬੇਬੇ ਨੇ ਜਦੋਂ ਮੈਨੂੰ ਬੀਬੀ ਦੀ ਗੋਦੀ ਫੜਾਇਆ ਤਾਂ ਇੱਕ ਮਿੱਥ ਹੋਰ ਪੁਗਾਈ ਜੋ ਉੱਥੇ ਬੈਠੇ ਜਾਂ ਬਾਹਰ ਖੜੇ ਇਕੱਠ ਨੂੰ ਨਹੀਂ ਸੀ ਪਤਾ ਉਹਨੇ ਆਪਣੀ ਕੁੜਤੀ 'ਚ ਫਸਾਈ ਕਿੱਕਰ ਦੀ ਸੂਲ ਕੱਢੀ ਤੇ ਮੇਰੇ ਸੱਜੇ ਕੰਨ ਨੂੰ ਵਿੰਨ ਕੇ ਕਹਿੰਦੀ ਲੈ ਬੀਬੀ ਹੁਣ ਨਮ ਰਹੀਏ ਮੇਰਾ ਸ਼ੇਰਪੁੱਤ ਅਸੀਂ ਬਹੁਤ ਦੇਰ ਇਸ ਕੰਨ ਵਿੰਨਣ ਵਾਲੀ ਕਾਰਵਾਈ ਨੂੰ ਮੱਝਾਂ گاਵਾਂ ਦੇ ਕਟਰੂਆਂ ਬੱਛਰੂਆਂ ਨਾਲ ਜੋੜ-ਜੋੜ ਦੇਖੀ ਗਏ ਕਿ ਜਦੋਂ ਕਿਸੇ ਮੱਝ ਦੇ ਕਟਰੂ ਨਹੀਂ ਬਚਦੇ ਤਾਂ ਜੰਮ ਦੇ ਦਾ ਥੋੜਾ ਜਿਹਾ ਕੰਨ ਵੱਢਣ ਨਾਲ ਉਹ ਬਚ ਜਾਂਦਾ ਪਰ 10ਵੀਂ ਚ ਪੜ੍ਹਦੇ ਨੂੰ ਸਾਇੰਸ ਮਾਸਟਰ ਨੇ ਦੱਸਿਆ ਕਿ ਬਹੁਤ ਸਾਲ ਪਹਿਲਾਂ ਰੋਮ 'ਚ ਬੱਚੇ ਨਹੀਂ ਸੀ ਬਚਦੇ ਉੱਥੋਂ ਦੇ ਵਿਗਿਆਨੀਆਂ ਨੇ ਖੋਜ ਕੀਤੀ ਕਿ ਜਦੋਂ ਜਨਮ ਲੈਣ ਸਾਰ ਬੱਚੇ ਦਾ ਕੰਨ ਕੱਟ ਦਿੰਦੇ ਆ ਤਾਂ ਬੱਚਾ ਬਚ ਜਾਂਦਾ ਇਸੇ ਪ੍ਰਤ ਕਰਕੇ ਅੱਜ ਵੀ ਜ਼ਿਆਦਾਤਰ ਰੋਮਨ ਲੋਕਾਂ ਦੇ ਕੰਨ ਵਿੰਨੇ ਹੁੰਦੇ ਨੇ ਮੈਨੂੰ ਸਮਝ ਨਹੀਂ ਸੀ ਆ ਰਹੀ ਵੀ ਜੀਤੋ ਬੇਬੇ ਰੋਮ ਕਦੋਂ ਹੋਾਈ ਤੇ ਕਿਹੜਾ ਸੋਰਸ ਹੈ ਉਹਦੇ ਕੋਲ ਉਸ ਦਿਨ ਉਪਰੋਕਤ ਮਿਤ ਫੁੱਗ ਚੁੱਕੀ ਸੀ ਸਾਰਾ ਪਿੰਡ ਆਪਣੇ ਆਪਣੇ ਘਰ ਚਲਾ ਗਿਆ ਤੇ ਪੀਰਾ ਮਾਮਾ ਸਾਡੇ ਘਰ ਆ ਗਿਆ ਇਹ ਮੇਰਾ ਸਕਾ ਮਾਮਾ ਨਹੀਂ ਹੈਗਾ ਪਰ ਚਾਚੇ ਦੇ ਮੁੰਡੇ ਦਾ ਮਾਮਾ ਸਕਿਆਂ ਤੋਂ ਥੋੜਾ ਹੀ ਘੱਟ ਹੁੰਦਾ ਉਹ ਵੀ ਬੀਬੀ ਚਾਚੀ ਨਾਲ ਬੜਾ ਚਾਂ ਆਮ ਹੀ ਜਾਉਣ ਦੀ ਤੁਰੀ ਤੁਰੀ ਚਾਚੀ ਦੇ ਪੇਕੇ ਵੜੈਚਾਂ ਨੇ ਤੇ ਮੇਰੇ ਪਿੰਡ ਤੋਂ 4 ਮੀਲ ਦੀ ਫਿਰ ਪੀਰਾ ਮਾਮਾ ਸਿੱਧਾ ਹੀ ਮੰਜੇ ਕੋਲ ਜਾ ਖੜਿਆ ਸੀ ਬਥੇਰਾ ਰੋਕਿਆ ਸੀ ਚਾਚੀ ਨੇ ਵੀਰੇ ਕਮਲਾ ਨਾ ਹੋ ਮੇਰੀ ਗੁੱਤਣੀ ਨਾ ਪਟਾਦੀਆਂ ਆਪਣੇ ਜੀਜੇ ਤੋਂ ਚਾਚੀ ਸ਼ਾਇਦ ਡਰਦੀ ਸੀ ਵੀ ਅਜੇ ਮਸਾਂ 2 ਘੰਟੇ ਹੋਏ ਨੇ ਜਨੇਪੇ ਨੂੰ ਬਹੁਤ ਕੁਝ ਕਰਨ ਤਰਨ ਵਾਲਾ ਹੁੰਦਾ ਬੰਦਾ ਕੀ ਚੰਗਾ ਲੱਗਦਾ ਇਸਲੇ ਕੋਲ ਜਾਂਦਾ ਬੰਦਾ ਤਾਂ ਬੰਦਾ ਜੇ ਚ ਤਾਂ ਜਵਾਕਾਂ ਨੂੰ ਨਹੀਂ ਨੇੜੇ ਜਾਣ ਦਿੰਦੇ ਤੇ ਮੈਨੂੰ ਕਾਫੀ ਵੱਡਾ ਹੋ ਕੇ ਸਮਝ ਆਈ ਕਿ ਮਾਮਾ ਬੀਬੀ ਕੋਲ ਚਾਚੀ ਦੇ ਰੋਕਣ ਤੇ ਵੀ ਕਿਉਂ ਆ ਗਿਆ ਸੀ ਕਿਉਂ ਨਾ ਸ਼ਰਮ ਨਾ ਕੀਤੀ ਦਰਅਸਲ ਸਾਰੇ ਰਿਸ਼ਤੇਦਾਰਾਂ ਨੂੰ ਫਿਕਰ ਸੀ ਕਿ ਦਿਆਲੂ ਕੋਲ ਬੱਚਾ ਹੋਣ ਵਾਲਾ ਤੇ ਉਹ ਬਹੁਤ ਡਰੀ ਹੋਈ ਆ ਡਰ ਵੀ ਸੱਚਾ ਸੀ ਉਪਰੋਂ ਥਲੀ ਤਿੰਨ ਮੁੰਡੇ ਜੋ ਮਰ ਚੁੱਕੇ ਸੀ ਤੇ ਮੇਰੇ ਤੋਂ ਵੱਡੇ ਤੇ ਵੱਡੀ ਭੈਣ ਤੋਂ ਛੋਟੇ ਭੀਰੇ ਮਾਮੇ ਨੇ ਇੱਕ ਹੱਥ ਨਾਲ ਮੈਨੂੰ ਚੁੱਕ ਲਿਆ ਲੱਤਾਂ ਤੋਂ ਫੜ ਕੇ ਪੁੱਠਾ ਲੰਮਗਾ ਲਿਆ ਮੱਥੇ ਤੇ ਨੂੰ ਆਪਣੀ ਅੱਖਾਂ ਚੱਕ ਕੇ ਮੇਰੇ ਵੱਲ ਦੇਖਿਆ ਹੁਣ ਨਾ ਫਿਕਰ ਕਰੀ ਕਹਿੰਦੀ ਪਹਿਲਾਂ ਤਾਂ ਉਹ ਚੁੱਪ ਗਿਆ ਹੋ ਕੇ ਤੈਨੂੰ ਦੇਖੀ ਗਿਆ ਫਿਰ ਕਹਿੰਦਾ ਭੈਣ ਜੰਮ ਕੇ ਤਾਂ ਮਰ ਜਾਂਦੇ ਨੇ ਪਰ ਇਹ ਤਾਂ ਮਰ ਕੇ ਜੰਮਿਆ ਇਹ ਨਹੀਂ ਮਰਦਾ ਕਹਿੰਦੀ ਗੱਲ ਉਹਦੀ ਸਹੀ ਵੀ ਲੱਗਦੀ ਧੀ ਤੂੰ ਤਾਂ ਰੋਇਆ ਹੀ ਨਹੀਂ ਤੀ ਬਸ ਐਂ ਦੀ ਵੀ ਹੋਣ ਗਿਆ ਹੋਣ ਗਿਆ ਬਹੁਤ ਡਰੀ ਹੋਈ ਸੀ ਮੈਂ ਸਾਰੇ ਡਰੇ ਹੋਏ ਸੀ ਉਹ ਤਾਂ ਜਿਵੇਂ ਬਸ ਉਡੀਕਦੇ ਹੋਣ ਬੀਬੀ ਜਿੰਨੀ ਵਾਰ ਇਹ ਗੱਲ ਦੱਸਦੀ ਉੰਨੀ ਵਾਰੀ ਰੋਂਦੀ ਹੈ ਜਦੋਂ ਪੀਰੇ ਮਾਮੇ ਦੇ ਮੱਥੇ ਤੇ ਤਿੰਨ ਚਾਰ ਵੱਟ ਪਏ ਤਾਂ ਬੀਬੀ ਕਹਿੰਦੀ ਐ ਲੱਗੇ ਜਿਵੇਂ ਕਿਸੇ ਪੰਡਤ ਦੇ ਮੱਥੇ ਤੇ ਤਿਲਕ ਹੋਣ ਤੇ ਜਿਹੜੀਆਂ ਪੰਡਤਾਂ ਨੇ ਤਿੰਨ ਚਾਰ ਲਾਈਨਾਂ ਜੀਆਂ ਮਾਰੀਆਂ ਹੁੰਦੀਆਂ ਉਹ ਤਿਉੜੀਆਂ ਬੜੀਆਂ ਕਰਕੇ ਬੀਬੀ ਨੂੰ ਤਿਲਕ ਲੱਗ ਰਹੇ ਸੀ ਕੁਛ ਪੀਰੇ ਮਾਮੇ ਦਾ ਰੰਗ ਵੀ ਟਮਾਟਰੀ ਆ ਪੂਰਾ ਆਰੀਨ ਲੱਗਦਾ ਜੀ ਪੱਗ ਨਾ ਬੰਨੇ ਪਾਲੋदाई ਬੁਲੀ ਬੇਪੁੱਤ ਤੈਨੂੰ ਭਾਗ ਲਾਵੇ ਰੱਬ ਤੂੰ ਮੇਰੇ ਮਨ ਦੀ ਕਹਿਤੀ ਮੈਂ ਤਾਂ ਦਿਆਲੂ ਨੂੰ ਤੇਰੇ ਆਉਣ ਤੋਂ ਪਹਿਲਾਂ ਹੀ ਕਹਿ ਹਟੀਆਂ ਨਾ ਮਸੀ ਲਖਾ ਲੋ ਅੱਜ ਇਹ ਮੁੰਡਾ ਨਾ ਕੋਠੇ ਤੋਂ ਡਿੱਕੇ ਮਰੂ ਨਾ ਡੁੱਬ ਕੇ ਨਾ ਇਹਨੂੰ ਕੋਈ ਸੱਪ ਸਲੁੰਡੀ ਕੁਝ ਕਹੋ ਇਹ ਸਾਰੇ ਲਾਣੇ ਤੋਂ ਵੱਧ ਉਮਰ ਭੋਗੂ ਬੀਬੀ ਕਹਿੰਦੀ ਐਂ ਬੋਲ ਰਿਆ ਸੀ ਜਿਵੇਂ ਕੋਈ ਅੰਬਰੀ ਰੂਹ ਹੋਵੇ ਫਿਰ ਉਹਨੇ ਤੈਨੂੰ ਖਾਸਾ ਚਿਰ ਬਾਅਦ ਸਿੱਧਾ ਕੀਤਾ ਉੱਠ ਕੇ 5 ਰੁਪਏ ਦੇ ਕੇ ਚਲਾ ਗਿਆ ਬਸ ਰੋਇਆ ਨਹੀਂ ਇੱਕ ਉ ਉਹ ਤੋਂ ਬੋਲਿਆ ਨਹੀਂ ਗਿਆ ਹੋਰ ਕੁਝ ਪਤਾ ਧੀ ਮੈਨੂੰ ਵੀ ਇਹ ਸਭ ਮੈਨੂੰ ਹੌਸਲਾ ਦੇਣ ਨੂੰ ਕਿਹਾ ਸੀ ਮੈਨੂੰ ਤਾਂ ਪੱਕਾ ਯਕੀਨ ਸੀ ਤੂੰ ਬਚਣਾ ਨਹੀਂ ਨਾ ਤੁਰੂ ਜਾਂ ਉੱਤੋਂ ਜੰਮਿਆ ਪੁੱਠਾ ਬਸ ਬਿਟਰ ਬਿਟਰ ਦੇਖੀ ਜਾ ਰਿਆ ਸੀ ਤੇ ਇਹ ਦੱਸਦੀ ਬੀਬੀ ਮੈਨੂੰ ਹੁਣ ਵੀ ਜੱਫੀ 'ਚ ਲੈ ਲੈਂਦੀ ਐ ਨਾਲੇ ਭੀਰੇ ਮਾਮੇ ਨੂੰ ਅਸੀਸਾਂ ਦਿੰਦੀ ਐ ਜੇ ਪਰਿਵਾਰ ਬਾਰੇ ਬਹੁਤ ਥੋੜੇ ਸ਼ਬਦਾਂ 'ਚ ਦੱਸਣਾ ਹੋਵੇ ਤੇ ਬਾਪੂ ਜੀ ਹੋਰੀ ਇੱਕ ਭੈਣ ਤੇ ਚਾਰ ਭਰਾ ਹਨ ਸਰਦਾਰ ਜਰਨੈਲ ਸਿੰਘ ਸਰਦਾਰ ਚਰਨ ਸਿੰਘ ਦੋਵੇਂ ਮੁੰਡੇ ਤੇ ਮੈਂ ਸਰਦਾਰ ਸ਼ੇਰ ਸਿੰਘ ਦਾ ਬੇਟਾ ਦੋ ਭੈਣਾਂ ਦਾ ਇਕੱਲਾ ਭਰਾ ਹਾਂ ਤੇ ਚਾਚਾ ਸਰਦਾਰ ਮਹਿੰਦਰ ਸਿੰਘ ਅਸੀਂ ਸਾਰੇ ਚਾਚੇ ਤਾਇਿਆਂ ਦੇ ਬੱਚੇ ਵਿਆਹੀ ਹੋਏ ਆਂ ਅਗੋਂ ਸਾਰਿਆਂ ਦੇ ਬੱਚੇ ਹਨ ਕੁੱਲ ਮਿਲਾ ਕੇ ਅੱਧਾ ਸੈਂਕੜਾ ਪੂਰਾ ਕਰਦੇ ਆਂ। ਵੈਸੇ ਸਾਡਾ ਜੱਦੀ ਪਿੰਡ ਮਾਨਖੇੜੀ ਐ ਮਰੰਡੇ ਕੋਲ। ਉਰੇ ਮੇਰੇ ਦਾਦਾ ਜੀ ਸਰਦਾਰ ਬਚਨ ਸਿੰਘ ਆਪਣੇ ਨਾਨਕੇ ਆ ਕੇ ਵਸੇ ਸਨ ਲਗਭਗ 1920 ਚ। ਦਾਦਾ ਜੀ ਨੂੰ ਅਸੀਂ ਬਾਈ ਜੀ ਕਹਿ ਕੇ ਸੰਬੋਧਨ ਕਰਦੇ ਆਂ। ਉਹ ਵੀ ਹੁਣ ਨਹੀਂ ਰਹੇ। ਮੈਨੂੰ ਨਹੀਂ ਲੱਗਦਾ ਕੋਈ ਦਾਦਾ ਇੰਨਾ ਪਿਆਰ ਕਰਦਾ ਹੋਊ ਜਿੰਨਾ ਉਹ ਮੈਨੂੰ ਕਰਦੇ ਸੀ। ਵੈਸੇ ਇਕੱਲਾ ਪੁੱਤ ਹੋਣ ਕਰਕੇ ਮੈਂ ਲਾਡਲਾ ਸੀ। ਕਰਦੇ ਤਾਂ ਕਰਦੇ ਪਿੰਡ ਦੇ ਵੀ ਮੇਰੇ ਖਾਸ ਮੇਰਾ ਖਾਸ ਖਿਆਲ ਰੱਖਦੇ ਬਾਈ ਜੀ ਨੂੰ ਇੱਥੇ ਭਗਵਾਨਪੁਰੇ ਚ ਜ਼ਮੀਨ ਉਹਨਾਂ ਦੇ ਮਾਮਾ ਸ੍ਰੀ ਗੰਗਾ RAM ਨੇ ਦਿੱਤੀ ਕਿਉਂਕਿ ਉਹ ਵਿਆਹੀ ਨਹੀਂ ਸਨ ਬਾਬਾ ਗੰਗਾ RAM ਜੀ ਬਹੁਤ ਸੁਭਾਅ ਦੇ ਮਾਲਕ ਸਨ ਆਉਣ ਵਾਲੇ ਸਮੇਂ ਚ ਪੂਰਾ ਨਾਵਲ ਲਿਖੂੰਗਾ ਉਹਨਾਂ ਨੂੰ ਮੁੱਖ ਪਾਤਰ ਲੈ ਕੇ ਪੁਰੇ ਮੋਟਾ ਮੋਟਾ ਜਿਆ ਦੱਸਣਾ ਕਿ ਉਹਨਾਂ ਦੀਆਂ ਕੁਝ ਦੇਸੀ ਵਿਦਿਆਵਾਂ ਬਹੁਤ ਮਸ਼ਹੂਰ ਸਨ ਸਾਡੇ ਪਿੰਡ ਚ ਜਿਨ੍ਹਾਂ ਚੋਂ 13ਵੀਂ ਤੇ ਤੀਜੀ ਵਿੱਧਿਆ ਮੈਂ ਬਹੁਤ ਵਰਤੋਂ ਚ ਲਿਆਂਦੀ ਹੈ ਤੀਜੀ ਵਿੱਧਿਆ ਮਤਲਬ ਵੰਡ ਛਕੋ ਭਾਵੇਂ ਜਦੋਂ ਤੁਹਾਡੇ ਨਾਲ ਦੇ ਸਾਥੀ ਦੇ ਕੁੱਟ ਪੈਂਦੀ ਹੋਵੇ ਫਿਰ ਖੜ ਕੇ ਤਮਾਸ਼ਾ ਨਾ ਦੇਖੋ ਭੱਜ ਕੇ ਵਿੱਚ ਜਾਵੜੋ ਸੱਟਾਂ ਵੱਡੀਆਂ ਜਾਣਗੀਆਂ ਤੇ ਸਾਥੀ ਦਾ ਨੁਕਸਾਨ ਘੱਟ ਹੋਏਗਾ ਹੋ ਸਕਦਾ ਤੁਸੀਂ ਭਾਰੂ ਵੀ ਪੈ ਜਾਓ ਕੁਝ ਪਾਲੀ ਹੁੰਦੇ ਐ ਖੈਰ ਫੌਜੀ ਲੜਾਈ ਚ ਜੋ ਖੜ ਗਿਆ ਉਹ ਜਿੱਤ ਗਿਆ ਅਗਲੀ ਹੈਗੀ ਹੈ 13ਵੀਂ ਵਿੱਧਿਆ ਜਦੋਂ ਕਦੇ ਦੁਸ਼ਮਣਾਂ ਚ ਇਕੱਲੇ ਘਿਰ ਜਾਓ ਤੇ ਯਕੀਨ ਹੋ ਜਾਈ ਕਿ ਹੁਣ ਮੁਕਾਬਲਾ ਨਹੀਂ ਹੋ ਸਕਦਾ ਤਾਂ ਉੱਥੇ ਨਾ ਤਾਂ ਫਿਰ ਮਿੰਤਾ ਕਰੋ ਨਾ ਮੁਕਾਬਲਾ ਕਰੋ ਬਸ ਭੱਜਣ ਦੀ ਕਰੋ ਕਿਉਂਕਿ ਮਿੰਤਾ ਕਰੇ ਤੇ ਵੀ ਕੁੱਟ ਪੈਗੀ ਮੁਕਾਬਲਾ ਕਰੇ ਤੇ ਵੀ ਸਗੋਂ ਜਿਆਦਾ ਸੱਟ ਲੱਗ ਸਕਦੀ ਐ ਸੋ ਪੱਤਰੇ ਬਾਚ ਜਾਓ ਬੀਬੀ ਮੇਰੀ ਬਹੁਤ ਅਮੀਰ ਤੇ ਪੜ੍ਹੇ ਲਿਖੇ ਪਰਿਵਾਰ ਚੋਂ ਐ ਪਰ ਇੱਥੇ ਜਮਾਂ ਦੇਸੀ ਟੱਬਰ ਚ ਵਿਆਹੀ ਗਈ ਸੁਭਾਅ ਪੱਖੋਂ ਬਹੁਤ ਸ਼ਾਂਤ ਗੋਰੀ ਚਿੱਟੀ ਫੁੱਲਾਂ ਤੋਂ ਵੀ ਹੋਲੀ ਤਿੰਨ ਭਾਰੀ ਭਾਰੀ ਨਾਵਾਂ ਸ਼ਿਲਿੰਦਰ ਕੌਰ, ਦਿਆਲੋ ਤੇ ਹਰਜਿੰਦਰ ਕੌਰ ਨਾਲ ਜਾਣੀ ਜਾਂਦੀ ਹੈ। ਸਾਰੇ ਜੱਗ ਦੀ ਫਿਕਰ ਕਰਨ ਵਾਲੀ ਮੇਰੀ ਮਾਂ ਜਵਾਨੀ ਚ ਬੁੱਢਾਪੇ ਚ ਜਾਵੜੀ। ਬਾਪੂ ਜੀ ਤੇ ਬਾਕੀ ਬਾਰੇ, ਬਾਕੀਆਂ ਬਾਰੇ ਅੱਗੇ ਚੱਲ ਕੇ ਘਟਨਾਵਾਂ ਚ ਦੱਸਿਆ ਗਿਆ। ਦੂਸਰਾ ਭਾਗ ਅਥਰਪੁਣਾ। ਮੇਰੇ ਜੰਮਣ ਤੇ ਜੋ ਹੋਇਆ ਜਾਂ ਜੋ ਵੀ ਰੇ ਮਾਮੇ ਨੇ ਗੱਲਾਂ ਆਖੀਆਂ। ਮੈਂ ਉਹ ਬਹੁਤ ਵਾਰ ਸੁਣੀਆਂ ਸੀ ਬਾਲਮਨ ਸੀ। ਮਨੋਮਨੀ ਪੱਕਾ ਹੋ ਗਿਆ ਕਿ ਮੈਂ ਨਹੀਂ ਮਰਦਾ। ਨਾ ਮੈਂ ਡਰਦਾ ਨਾ ਮੈਨੂੰ ਸੱਪ ਲੜੇ ਤੋਂ ਕੁਝ ਹੋਵੇ ਗੋਲੀ ਵੱਜੇ ਤੋਂ ਵੀ ਤੇ ਵਗੈਰਾ ਵਗੈਰਾ ਇਹ ਗੱਲਾਂ ਹੌਸਲਾ ਤਾਂ ਮੇਰੀ ਮਾਂ ਨੂੰ ਦੇਣ ਲਈ ਕਹੀਆਂ ਸੀ ਪਰ ਬੀਬੀ ਤੇ ਤਾਂ ਪੂਰਾ ਅਸਰ ਨਾ ਹੋਇਆ ਉਹ ਤਾਂ ਹੁਣ ਤੱਕ ਵੀ ਡਰੀ ਰਹਿੰਦੀ ਹੈ ਸੁੱਤੇ ਪੈਨ ਨੂੰ ਹਲਾ ਹਲਾ ਦੇਖੀ ਜਾਉ ਕਦੇ ਨੱਕ ਬੰਦ ਕਰਕੇ ਸਾਹ ਚੈੱਕ ਕਰੂ ਕਦੇ ਕੁਝ ਗੱਲ ਕੀ ਬਹੁਤ ਫਿਕਰ ਕਰਦੀ ਹੈ ਮੇਰੀ ਮਾਂ ਭੀਰੇ ਮਾਮੇ ਦੀਆਂ ਨਾ ਗੱਲਾਂ ਨੇ ਤੇ ਦਾਦਾ ਜੀ ਦੀ ਬੇਤਹਾਸ਼ਾ ਪਿਆਰ ਨੇ ਮੈਨੂੰ ਹੱਦ ਦਰਜੇ ਦਾ ਨਲਾਇਕ ਬਣਾਵਲ ਤਾਂ ਡਰਦਾ ਨਹੀਂ ਸੀ ਜੇ ਕਦੇ ਡਰ ਲੱਗਦਾ ਤਾਂ ਭੀਰੇ ਮਾਮੇ ਦੇ ਬੋਲ ਜੋ ਬੀਬੀ ਨੇ ਕਿੰਨੀ ਵਾਰੀ ਸੁਣਾਏ ਸੀ ਮੇਰੇ ਜ਼ਹਿਨ 'ਚ ਵੱਜਦੇ ਤੇ ਦਿਲ ਦਲੇਰ ਕਰ ਦਿੰਦੇ ਕਿ ਮੈਂ ਤਾਂ ਮਰ ਕੇ ਜੰਮਿਆ ਹੋਇਆ ਮੈਂ ਨਹੀਂ ਮਰ ਸਕਦਾ ਇੱਥੇ ਇੱਕ ਹੋਰ ਗੱਲ ਮੈਨੂੰ ਤਕੜਾ ਬਣਾਉਂਦੀ ਜਦੋਂ ਮੈਂ ਕਿਸੇ ਤੋਂ ਡਰਨਾ ਜਾਂ ਘਬਰਾਉਣਾ ਤਾਂ ਬਾਪੂ ਜੀ ਨੇ ਕਹਿਣਾ ਡਰਨ ਨੂੰ ਤੂੰ ਸਾਲੇ ਐਚ ਡੀ ਦਾ ਬੱਚਾ ਐ ਚੱਲ ਨਹੀਂ ਤਾਂ ਮਾਰੂ ਇੱਕ ਬਸ ਸ਼ੇਰ ਦਾ ਮੁੰਡਾ ਸੁਣ ਕੇ ਮੈਂ ਸ਼ੇਰ ਬਣ ਜਾਣਾ ਬਾਪੂ ਜੀ ਦਾ ਨਾਮ ਸਰਦਾਰ ਸ਼ੇਰ ਸਿੰਘ ਹੈ ਨਾਲ ਦੇ ਵੀ ਮੈਨੂੰ ਇਹੋ ਪੰਪ ਮਾਰਦੇ ਰਹਿੰਦੇ ਤੇ ਮੈਂ ਜੰਬਲੇ ਹੋਏ ਨੇ ਉਹ ਕੰਮ ਵੀ ਕਰੇ ਜੋ ਮੈਨੂੰ ਨਹੀਂ ਸੀ ਕਰਨੇ ਚਾਹੀਦੇ ਇਹ ਅਹਿਸਾਸ ਕਿ ਮੈਂ ਕਿਹੜਾ ਮਰ ਸਕਦਾ ਮੈਨੂੰ ਆਮ ਜੁਆਕਾਂ ਤੋਂ ਵੱਖ ਕਰਨਾ ਤੇ ਉਕਸਾਉਂਦਾ ਸ਼ਾਇਦ ਇਸੇ ਵੱਖ ਦੇਖਣ ਦੇ ਅਹਿਸਾਸ ਨੇ ਮੈਨੂੰ ਇੱਕ ਖਿਡਾਰੀ ਬਣਾਇਆ ਫਿਰ ਹੱਦ ਦਰਜੇ ਦਾ ਵਿਗੜਿਆਲ ਤੇ ਜ਼ੁਰਮ ਦੀ ਦੇਲੀ ਤੱਕ ਵੀ ਇਸੇ ਨੇ ਪਹੁੰਚਾਇਆ ਫਿਰ ਸ਼ਾਇਦ ਵਾਪਸੀ ਵੀ ਇਸੇ ਅਹਿਸਾਸ ਨੇ ਕਰਾਈ ਇਹ ਕਿਸੇ ਅਗਲੇ ਪੰਨਿਆਂ ਤੇ ਛੇੜਾਂਗੇ ਇੱਥੇ ਤੁਸੀਂ ਸੱਪ ਵਾਲੀ ਖੱਪ ਸੁਣੋ ਸੱਪ ਵਾਲੀ ਖਾਪੇ ਇਸ ਕਰਕੇ ਕਿਹਾ ਕਿ ਉਦੋਂ ਖਾਪੀ ਪਾਉਂਦੇ ਸੀ ਕਿਸੇ ਵੀ ਮੁਸ਼ਕਲ ਨੂੰ ਖਾਣੇ ਚੋੜਾ ਦਿੰਦੇ ਜਿਵੇਂ ਕੁਝ ਹੋਇਆ ਹੀ ਨਾ ਹੋਵੇ ਸਰਦੀਆਂ ਦੇ ਦਿਨ ਸਨ ਸੂਏ ਨਾਲ ਚੱਲਦੀ ਖਿਲਾੜੀ ਚੋਂ ਪੂਰੀ ਪਲਟਣ ਤਤਤਾ ਗੁੜ ਛੱਕ ਦੀ ਗੰਨੇ ਚੂਪਦੀ ਆ ਰਹੀ ਸੀ ਪਟੜੀ ਦੇ ਨਾਲ ਲੱਗਦੀ ਖਾਲਚ 4-5 ਫੁੱਟ ਲੰਬਾ ਸੱਪ ਪਿਆ ਧੁੱਪ ਸੇਕੇ ਮੈਨੂੰ ਲੱਗਿਆ ਵੀ ਕਿਤੇ ਮਰਿਆ ਪਿਆ ਪਹਿਲਾਂ ਤਾਂ ਮੈਂ ਉਹਨੂੰ ਗੰਨੇ ਨਾਲ ਚੱਕਣ ਲੱਗਾ ਪਰ ਉਹ ਭਾਰਾ ਇੰਨਾ ਸੀ ਵੀ ਗੰਨੇ ਤੋਂ ਤਿਲਕ ਗਿਆ ਗਿਆ ਲੱਖੇ ਹੋਰੀ ਹੂੰ ਤਾਂ ਜਮਾ ਮੇਰੇ ਸਿਰ ਕੋਲ ਆਪਣਾ ਆਪਣੇ ਸਿਰ ਕਰ ਲਿਆ ਕਰਨ ਪਰ ਜਦੋਂ ਮੈਂ ਗੰਨੇ ਦੀ ਤਾੜ ਦੇ ਕੇ ਉੱਪਰ ਨੂੰ ਚੱਕਿਆ ਕਰਾ ਤਾਂ ਡਰ ਕੇ ਭੱਜ ਲਿਆ ਕਰਨ ਤਾਇਆ ਦੇ ਕਾਲਾ ਸਪਨੂ ਝੇੜਦਾ ਲੱਖੇ ਨੇ ਡਰਾਉਣ ਦੇ ਮਾਰੇ ਨੇ ਉਹੀ ਕਹਿਤਾ ਮੈਂ ਡਰ ਗਿਆ ਮੂੰਹ ਉੱਪਰ ਕਰਕੇ ਤਾਂ ਦੇਖਿਆ ਹੀ ਨਹੀਂ ਭੱਜ ਲਿਆ ਬਸ ਕਣਕ ਚੋਂ ਉਹ ਹੱਸੇ ਜਾਣ ਨਾਲੇ ਹਾਕਾ ਮਾਰਨ ਸਾਲੇ ਨੂੰ ਸੱਪ ਤੋਂ ਡਰ ਨਹੀਂ ਲੱਗਦਾ ਤਾਇਆ ਦੇ ਨੋਂ ਤੋਂ ਦੇਖ ਕੇਵੇਂ ਮੋਕ ਮਾਰਦਾ ਤਾਇਆ ਤਾਂ ਤੇਰਾ ਲੱਗਦਾ ਨੂਰਪੁਰ ਤਾਸ਼ ਖੇਡਦਾ ਹੈ ਕਹਿ ਕੇ ਲੱਖਾ ਉੱਚੀ ਉੱਚੀ ਹੱਸ ਪਿਆ ਤੇ ਨਾਲੇ ਗੰਨਾ ਚੱਲੀ ਜਾ ਰਿਹਾ ਸੀ ਮੈਂ ਮੰਨ ਚ ਗਿਆ ਸਾਰੇ ਸਵਾਦ ਲੈਂਦੇ ਨੇ ਸੱਪ ਕੋਲ ਵਾਪਸ ਆਇਆ ਤਾਂ ਦਿਮਾਗ 'ਚ ਸ਼ਰਾਰਤ ਆ ਗਈ ਵੀ ਸੱਪ 'ਚ ਜਾਣਦਾ ਹੈ ਨਹੀਂ ਨਾਲੇ ਭੀਰੇ ਮਾਮੇ ਦੇ ਕਹਿਣਾਂ ਵਾਂਗੂ ਸੱਪ ਲੜੇ ਤਾਂ ਕਿਹੜਾ ਮੈਂ ਮਰਨਾ ਆਪਾਂ ਚੱਕ ਲਿਆ ਪੂਛ ਤੋਂ ਹੀ ਉਹਦਾ ਅੱਧਾ ਕੋ ਫੋਟੋ ਸਰੀ ਵਾਲਾ ਪਾਸਾ ਧਰਤੀ ਨਾਲ ਕਿਸਰਦਾ ਜਾਵੇ ਬਾਕੀ ਮੈਂ ਚੱਕਿਆ ਹੋਇਆ ਸੀ ਹੈਪੀ ਹੋਰੀ ਮੇਰੇ ਮੂਰੇ ਮੂਰੇ ਮੈਂ ਪਿੱਛੇ ਪਿੱਛੇ ਸਾਡੇ ਵਾਲੇ ਸੂਏ ਸੂਏ ਤੋਂ ਇੱਕ ਤਾਂ ਪਹਾ ਜਾਂਦਾ ਪਿੰਡ ਨੂੰ ਇੱਕ 'ਚ ਪਟੇ ਦੀ ਚੌੜੀ ਜੀ ਵੱਟ ਜਾਂਦੀ ਹੈ ਜ਼ਿਆਦਾਤਰ ਲੋਕ ਇਸ ਵੱਟ ਰਾਈ ਆਉਂਦੇ ਜਾਂਦੇ ਨੇ ਤੇ ਦੋ ਤਿੰਨ ਜਣੇ ਪਹੇ ਨੂੰ ਹੋਗੇ ਭੱਜੇ ਭੱਜੇ ਲੱਖਾ ਵੱਟੋ ਵੱਟ ਹੋ ਲਿਆ ਉਹ ਲੱਖਾ ਮੈਥੋਂ ਤਕੜਾ ਸੀ ਬਾਕੀਆਂ ਤੋਂ ਤਾਂ ਮੈਂ ਬਿਨਾ ਸੱਪ ਤੋਂ ਵੀ ਸੂਤ ਨਹੀਂ ਸੀ ਆਉਂਦਾ ਪਰ ਲੱਖਾ ਵੀਰਾ ਮੈਥੋਂ ਤਕੜਾ ਹੀ ਰਿਹਾ ਉਦੋਂ ਉਹ ਵੀ ਲਾ ਲਿਆ ਸੀ ਮੁਰੇ ਫੁੱਲ ਖੱਪ ਮਚੀ ਹੋਈ ਸੀ ਇੱਥੇ ਤੱਕ ਤਾਂ ਮੇਰੀ ਪੂਰੀ ਚੜਾਈ ਕਤੂਰਿਆਂ ਚੌਂ ਚੌਂ ਕਰਦੇ ਸਭ ਭੱਜੇ ਫਿਰਨ ਤੇ ਮੈਂ ਸ਼ੇਰ ਵਾਂਗੂ ਪਿੱਛੇ ਭੱਜਿਆ ਦਹਾੜਦਾ ਫਿਰ ਤੇ ਜਦੋਂ ਸੱਪ ਦਾ ਖੂਨ ਗਰਮ ਹੋ ਗਿਆ ਤਾਂ ਬਾਜੀ ਪਲਟ ਗਈ ਹਰਕਤ ਆ ਗਿਆ ਮੂਰੇ ਰਾਮਦਾਸੀਆਂ ਵੇੜੇ ਵਾਲੀਆਂ ਬੀਬੀਆਂ ਨੂੰ ਦੇਖ ਲੱਕਾ ਵੀਰਾ ਖੇਤ ਚੋਂ ਹੋ ਗਿਆ ਮੈਂ ਸੰਗ ਦਾ ਮਾਰਾ ਖੜ ਗਿਆ ਪਿੱਠ ਕਰਕੇ ਕੁਛ ਡਰ ਵੀ ਗਿਆ ਸੀ ਕਿਤੇ ਨਾਰੇ ਚਾਚੇ ਵਾਲੀ ਚਾਚੀ ਸਾਡੇ ਸਿਰੀ ਦੀ ਘਰ ਵਾਲੀ ਬੀਬੀ ਨੂੰ ਹੀ ਨਾ ਦੱਸ ਦਵੇ ਹੋਰ ਕਿਤੇ ਮੈਂ ਬਚ ਕੇ ਜੇ ਸੱਪ ਨੂੰ ਕਣਕ ਚੋਂ ਸੁਟਣ ਲੱਗਿਆ ਪਰ ਸੱਪ ਨੇ ਤਾਂ ਲੱਤ ਨੂੰ ਕਲੁੰਜੜੀ ਪਾ ਲਈ ਸੀ ਉਹ ਛੁੱਟੀ ਨਹੀਂ ਸੀ ਹੋ ਰਿਆ ਪਰ ਮੈਂ ਫੇਰ ਵੀ ਭਗਾ ਕੇ ਪਰੇ ਮਾਰਿਆ ਹੁਣ ਹੋ ਗਿਆ ਸੀ ਪੁੱਠਾ ਕੰਮ ਚਾਚੀ ਹੋਰੀਆਂ ਨੇ ਦੇਖਿਆ ਤਾਂ ਕੁਝ ਨਹੀਂ ਸੀ ਪਰ ਲੱਖੇ ਨੇ ਖਾਪ ਪਾਤੀ ਆਖੇ ਕਾਲੇ ਨੇ ਸੱਪ ਦੇ ਦੰਦੀ ਕਾਲੇ ਦੇ ਸੱਪ ਨੇ ਦੰਦੀ ਵੱਢੀ ਹੋਏ ਆਏ ਹਾਏ ਆਹ ਦੇਖੋ ਗਿੱਟੇ ਕੋਲ ਖੂਨ ਨਿਕਲਦਾ ਹੈ ਹੈਪੀ ਭਿੰਦੀ ਹੋਰੀ ਵੀ ਆ ਗਈ ਕੋਈ ਕਹੇ ਸਾਡੇ ਘਰੇ ਚੱਲ ਮੇਰੇ ਪਾਪੇ ਕੋਲ ਮਣਕਾ ਪਿਆ ਉਹ ਲਾ ਲਵੀਂ ਕੋਈ ਆਖੇ ਸੱਪ ਦੀ ਬਿਰਮੀ ਚ ਦੁੱਧ ਪਾ ਦੇ ਪਹਿਲਾਂ ਗੁੱਗੇ ਮਾੜੀ ਦਾ ਮੱਥਾ ਟੇਕਦੇ ਆ ਮੈਂ ਉਹਨਾਂ ਸਾਰਿਆਂ ਨੂੰ ਸੌਂਪ ਪਵਾਤੀ ਕੁਟੀ ਵਾਲੇ ਬਾਬਿਆਂ ਦੀ ਕਿ ਘਰੇ ਜਾ ਕੇ ਮੇਰੀ ਬੀਬੀ ਨੂੰ ਕੁਝ ਨਹੀਂ ਦੱਸਣਾ ਉਹ ਮੰਨ ਗਏ ਸਾਡੇ ਪਿੰਡ ਦੇ ਲੋਕ ਕੁਟੀ ਵਾਲੇ ਬਾਬਿਆਂ ਤੋਂ ਬਹੁਤ ਡਰਦੇ ਆ ਕਹਿੰਦੇ ਬਾਬੇ ਬਹੁਤ ਕਹਿੜੇ ਨੇ ਕਹਿੜੇ ਸ਼ੀ ਦਾਣ ਵਾਲੀ ਵਾਲੀ ਵੀ ਇੱਕ ਹੋਰ ਬਹੁਤ ਦਿਲਚਸਪ ਕਹਾਣੀ ਹੈ ਮੈਂ ਪੰਗਾ ਲੈ ਲਿਆ ਸੀ ਬਹੁਤ ਕਲੇਸ਼ ਹੋਇਆ ਸੀ ਪਰ ਇੱਥੇ ਨਹੀਂ ਇੱਥੇ ਤਾਂ ਸੱਪ ਵਾਲੀ ਸੁਣੋ ਹੈਪੀ ਦੀ ਮੁਸਕਰਾਟ ਡਰਾ ਰਹੀ ਸੀ ਮੈਨੂੰ ਸੱਪ ਦਾ ਉਹਨਾਂ ਡਰ ਨਹੀਂ ਸੀ ਜਿੰਨਾ ਬੀਬੀ ਵਾਲੀ ਕੁੱਟਦਾ ਸੀ ਸੱਪ ਲੜ ਕੇ ਤਾਂ ਮੈਂ ਮਰਨਾ ਹੀ ਨਹੀਂ ਕਦੀ ਭیرے ਮਾਮੇ ਦੇ ਬੋਲ ਮੈਨੂੰ ਹੌਸਲਾ ਦੇ ਗਏ ਮੈਂ ਕਿਹ ਸੱਪ ਲੜਨ ਕਰਕੇ ਖੂਨ ਨਿ ਸਿਮਿਆ ਹੋਇਆ ਇਹ ਤਾਂ ਮੇਰੇ ਆਰ ਗੰਨੇ ਦੇ ਆਗ ਦਾ ਪੱਛ ਲੱਗ ਕੇ ਨਿਕਲਿਆ ਡਰਿਆ ਮੈਂ ਜ਼ਰੂਰ ਪਰ ਹਿੰਮਤ ਰੱਖੀ ਨਹੀਂ ਤਾਂ ਕਹਿੰਦੇ ਨੇ ਕਿ ਐਨੇ ਲੋਕ ਸੱਪ ਦੇ ਜ਼ਹਿਰ ਨਾਲ ਨਹੀਂ ਮਰਦੇ ਜਿਹਨੇ ਡਰ ਨਾਲ ਮਰ ਜਾਂਦੇ ਨੇ ਬਈ ਹਾਏ ਓਏ ਮੇਰੇ ਸੱਪ ਲੜ ਗਿਆ ਵੈਸੇ ਉਹ ਗੰਨੇ ਦੀ ਆਗ ਦੇ ਟੀਰੇ ਨਾਲ ਹੀ ਖੂਨ ਨਿਕਲਿਆ ਸੀ ਬਚਪਨ ਵੀ ਕਮਾਲ ਹੁੰਦਾ ਕਿੱਡੀ ਵੱਡੀ ਗੱਲ ਉਹੀ ਗੰਗੋਲੀਆਂ ਕਰਤੀ ਸੀ ਤੇ ਉਹ ਤੋਂ ਕੁਝ ਸਮਾਂ ਪਹਿਲਾਂ ਸਫੈਦੇ ਦੇ ਬੀਜ ਖਾਣ ਕਰਕੇ ਫਿਕਰ ਕਰਦਾ ਬਾਈ ਦੇ ਪਿੱਛੇ ਪਿਆ ਫੇਰਾ ओके ਮੈਨੂੰ ਤਾਂ ਦਵਾਈ ਦਵਾ ਨਹੀਂ ਮੇਰਾ ਆਪਰੇਸ਼ਨ ਕਰਵਾ ਹਸਪਤਾਲ ਚ ਜੋਰੇ ਹੋਰੀ ਕਹਿੰਦੇ ਨੇ ਵੀ ਹੁਣ ਤੇਰੇ ਠਿੱਡੇ ਚ ਸਫੈਦੇ ਉੱਗਣਗੇ ਤੇ ਸਿਰ ਚੋਂ ਨਿਕਲ ਕੇ ਕੋਠੇ ਜੱਡੇ ਜੱਡੇ ਹੋ ਜਾਣਗੇ ਫਿਰ ਤੁਰਿਆ ਕਿਵੇਂ ਕਰੇਗਾ ਮੰਜੇ ਤੇ ਕਿਵੇਂ ਸੌਏਗਾ ਨਾਲੇ ਮੈਂ ਬਾਈ ਦਾ ਪਜਾਮਾ ਖਿੱਚੀ ਜਾਵਾਂ ਨਾਲੇ ਸੁੱਕਾਈ ਰੀਂ ਰੀਂ ਕਰੀ ਜਾਵਾਂ ਹੰਝੂ ਤਾਂ ਮੇਰੇ ਸੁੱਖ ਨਾਲ ਕਦੇ ਆਏ ਹੀ ਨਹੀਂ ਸੀ ਬਾਈ ਨੇ ਕਹਿਣਾ ਇਹ ਜੋਤ ਫਿਰ ਬੰਦ ਕਰ ਜਲਸੇ ਨੂੰ ਉਹ ਮੈਨੂੰ ਰੋਣ ਨਹੀਂ ਸੀ ਦਿੰਦੇ ਕਹਨੇ ਹੁੰਦੇ ਸੀ ਰੁੰਦੀਆਂ ਤੇ ਤੀਵੀਆਂ ਹੁੰਦੀਆਂ ਹੁੰਦੀਆਂ ਨੇ ਉਈ ਨਹੀਂ ਰੀਰੀ ਗਰੀ ਦਾ ਕਿਸਾਨ ਦਾ ਪੁੱਤ ਸਰੀਰ ਪੱਖੋਂ ਗਰੀਬ ਨਹੀਂ ਹੋਣਾ ਚਾਹੀਦਾ ਪੈਸੇ ਟੁੱਕਰ ਕੰਨਿਓ ਸਰ ਜਾਂਦੇ ਜੋਰੇ ਵੀਰੇ ਹੋਰੇ ਮੈਨੂੰ ਇੱਕ ਗੱਲ ਨਾਲ ਹੋਰ ਚੜਾਉਂਦੇ ਸੀ ਆਖੇ ਤੂੰ ਕੱਲਾ ਪਾਈ ਐ ਜਦ ਆਪਾ ਅੱਡ ਹੋ ਗਏ ਤੈਨੂੰ ਕੱਖਾਂ ਦੀ ਪੰਡ ਕੌਣ ਚਕਾਇਆ ਕਰੂ ਮੈਨੂੰ ਫਿਕਰ ਹੋ ਜਾਣੀ ਜਦੋਂ ਮੈਂ ਇਹ ਸ਼ਿਕਾਇਤ ਬਾਈ ਕੋਲ ਕਰਨੀ ਤਾਂ ਉਹਨੇ ਕਿਹਾ ਕੀਦੇ ਵੀ ਦੁੱਧ ਵੀ ਤੱਕ ਕੱਲਾ ਹੀ ਪਿਓ ਤਖੜਾ ਵੀ ਹੋ ਉਹ ਪੰਡ ਵੀ ਚੱਕ ਲਿਆ ਕਰੂ ਤਖੜਾ ਹੋ ਕੇ ਫਿਰ ਵੱਡਾ ਹੋ ਕੇ ਨੀਰੇ ਦੀ ਪੰਡ ਚੱਕਣੀ ਤਾਂ ਜਾਣ ਬੁੱਝ ਕੇ ਇਕੱਲੇ ਨਹੀਂ ਚੱਕਣੀ ਬਾਈ ਦੇ ਬੋਲ ਪੁਗਾ ਕੇ ਖੁਸ਼ੀ ਮਿਲਨੀ ਹੋਰ ਵੀ ਬਚਪਨ ਦੀਆਂ ਗੱਲਾਂ ਮੈਂ ਐਵੇਂ ਯਾਦ ਕਰ ਕਰਕੇ ਬਾਅਦ ਚ ਦੋਸਤਾਂ ਕੋਲ ਸੁਣਾਈ ਗਿਆ ਤਾਂ ਕਰਕੇ ਯਾਦ ਰਹਿ ਗਈਆਂ ਨਹੀਂ ਮੈਂ ਕਿਹੜਾ ਕਦੇ ਕੋਈ ਡਾਇਰੀ ਵਗੈਰਾ ਲਿਖੀ ਐ ਕਈ ਗੱਲਾਂ ਨੇ ਬਹੁਤ ਵੱਡਾ ਨੁਕਸਾਨ ਵੀ ਕੀਤਾ ਕਿੰਨੀ ਵਾਰ ਠਾਣੇ ਤੇ ਫਿਰ ਗਏ ਜੇਲ੍ਹ ਯਾਤਰਾ ਵੀ ਕਰਵਾਈ ਤੀਸਰੰਗ ਮੌਤ ਤੋਂ ਬਾਅਦ ਵਾਪਸੀ ਲਿੰਗਪੇਤ ਤੇ ਜਾਤਪੇਤ ਜਾਦਪਾਤ ਦਾ ਪਹਿਲਾ ਸਬਕ ਘਰ 'ਚ ਹੀ ਪੜਾਇਆ ਗਿਆ ਤਰੀਕਾ ਉਹੀ ਸੀ ਬਈ ਪਹਿਲਾਂ ਤਰਪਾਈ ਤੇ ਫਿਰ ਪੜਾਈ ਉਮਰ ਤਾਂ ਯਾਬੀ ਕਿੰਨਾਵਾਂ ਸਾਲ ਹੋ ਪਰੰਬ ਜਾਮਣਾ ਉੱਪਰ ਕੱਲਾ ਹੀ ਲੰਮਕਣ ਲੱਗ ਪਿਆ ਸੀ ਸਾਡੇ ਸਾਂਝੇ ਘਰ ਦੀ ਰਾਹਦਾਰੀ ਤੇ ਇੱਕ ਬੈਠਕ ਦੇ ਦਰਵਾਜ਼ੇ ਬੀਹੇ ਚੋਂ ਖੁੱਲਦੇ ਐ ਰਾਹਦਾਰੀ ਵੀ ਵੰਡ-ਵੰਡਾਈ ਤੋਂ ਬਾਅਦ ਕਮਰੇ ਦਾ ਰੂਪ ਧਾਰ ਗਈ ਸੀ ਉਸ ਦਿਨ ਮੀਂਹ ਪੈ ਕੇ ਹਟਿਆ ਹੀ ਹਟਿਆ ਸੀ ਮੈਂ ਦੋਸਤਾਂ ਨੂੰ ਲੱਭਣ ਤੁਰ ਪਿਆ ਬੀਹੀ ਵਾਲੀ ਟਾਖੀ ਤੇ ਚੜ੍ਹ ਕੇ ਜਸਵੰਦਰ ਮਜਬੂਤ ਸਿੱਖਾਂ ਦੀ 14-15 ਸਾਲ ਦੀ ਕੁੜੀ ਹੱਥਾਂ ਨੂੰ ਘਸਾ ਘਸਾ ਕੇ ਰੰਗ ਚੜਾ ਰਹੀ ਸੀ ਮੈਂ ਕਿਹਾ ਭੈਣੇ ਇਹ ਕਿਵੇਂ ਕਰੇ ਨੇ ਤੂੰ ਗੁਲਾਬੀ ਗਲੱਬੀ ਜੇ ਇੰਨੇ ਸੋਹਣੇ ਹੱਥ ਮੇਰੇ ਵੀ ਕਰਾ ਦੇ ਨਹੀਂ ਨਹੀਂ ਤੇਥੋਂ ਨਹੀਂ ਹੋਣੇ ਤੂੰ ਛੋਟਾ ਜਿਹਾ ਤਾਂ ਹੈਗਾ ਉਹਨੇ ਸਟਾਈਲ ਜਿੱਚ ਕਿਹਾ ਜਿਵੇਂ ਆਪਾਂ ਟੀਚਰ ਕਰਦੇ ਹੁੰਨੇ ਆ ਭੈਣ ਬਣ ਕੇ ਦੇਖੀਂ ਕਰਾ ਦੇ ਗਰੀਬੜਾ ਮੂੰਹ ਬਣਾ ਕੇ ਮੈਂ ਝੂਠਾ ਸੱਚਾ ਤਰਲਾ ਕੀਤਾ ਉਹ ਮੈਨੂੰ ਉਹ ਹਰੇਕ ਬੰਦਾ ਵਿਅਵਹਾਰਕਾ ਲੱਗਦਾ ਜਿਹੜਾ ਕਹੇ ਤੇਥੋਂ ਇਹ ਨਹੀਂ ਹੋਣਾ ਉਹ ਮੰਨ ਗਈ ਤੇ ਉਹ ਉਨੇ ਹੱਥਾਂ ਸਹਾਰੇ ਮੈਨੂੰ ਟਾਕੇ ਉੱਤੇ ਚੜਾਤਾ ਜਦੋਂ ਹੱਥਾਂ ਨੂੰ ਕੰਧ ਤੇ ਘਸਾਵਾਂ ਤਾਂ ਰੰਗ ਲੱਗੇ ਹੀ ਨਾ ਬਸ ਫਿੱਕੀ ਜੀ ਕਲੀ ਲੱਗ ਜਾਏ ਮਖਿਆਏ ਕੁੜੀਏ ਲੱਗਦਾ ਤਾਂ ਹੈ ਨਹੀਂ ਇਹ ਮੈਂ ਹੁਣ ਭੈਣ ਤੋਂ ਇਹ ਕੁੜੀਏ ਤੇ ਆ ਗਿਆ ਉਹ ਕਹਿੰਦੀ ਇੱਥੋਂ ਤਾਂ ਉਤਰ ਗਿਆ ਜਿੱਥੇ ਤੂੰ ਹੱਥ ਘਸਾ ਰਿਹਾ ਥੋੜਾ ਹੋਰ ਉੱਪਰ ਚੜ ਰੋਸ਼ਨਦਾਨ ਕੋਲੋਂ ਲੱਗੂ ਮੀਂਹ ਦੀ ਵਾਛੜ ਕਰਕੇ ਕੰਧਾਂ ਦੇ نیچے ਵਾਲਾ ਰੰਗ ਥੋੜਾ ਜਲਦੀ ਉਤਰ ਜਾਂਦਾ ਪਰ ਰੋਸ਼ਨਦਾਨ ਕੋਲੋਂ ਬਾਅਦ ਚ ਉਤਰਦਾ ਕੁਝ ਹੋਣੇ ਪੰਪ ਚ ਘਾਤਦੇ ਸੀ ਕੁਝ ਮੈਨੂੰ ਘੈਂਟ ਪੁਣੇ ਦੇ ਅਹਿਸਾਸ ਨੇ ਪੰਗਿਆਂ ਚ ਪਾ ਕੇ ਰੱਖਣਾ ਹੁੰਦਾ ਸੋ ਯਾਰ ਹੋਰੀ ਹੁਣ ਹੋਰ ਉੱਪਰ ਚੜ ਜਮਾ ਬਿਜਲੀ ਵਾਲੀ ਤਾਰ ਦੇ ਕੋਲ ਪਹੁੰਚ ਗਏ ਜਿੱਥੇ ਤਾਰਾਂ ਦਾ ਜੋੜ ਜਮਾ ਨੰਗਾ ਸੀ ਡਰ ਵੀ ਲੱਗੇ ਕਿਤੇ ਕਰੰਟ ਨਾ ਫੜ ਲੇ ਜਦੋਂ ਹੱਥ ਘਸਾਵਾਂ ਰੰਗ ਫੇਰਨਾਂ ਲੱਗੇ ਮੈਨੂੰ ਗੁੱਸਾ ਆਇਆ ਮੈਂ ਕਿਹਾ ਦੱਸ ਦੇ ਕਿਵੇਂ ਲਾਇਆ ਤੂੰ ਇਹ ਲੱਗਦਾ ਤਾਂ ਹੈ ਨਹੀਂ ਮੇਰੇ ਮੂੰਹ ਚੋਂ ਨਿਕਲੀ ਹੌਲੀ ਇੱਕ ਦੇਨੇ ਗਾਲੋਂ ਨੇ ਸੁਣ ਲਈ ਕਹਿੰਦੀ ਆਇ ਨਹੀਂ ਚੜਨਾ ਰੰਗ ਦੋਵੇਂ ਹੱਥ ਜ਼ੋਰ ਨਾਲ ਕਸਾ। ਇਹ ਸ਼ਾਇਦ ਗਾਲ ਦਾ ਬਦਲਾ ਸੀ ਜਾਂ ਜਾਤੀ ਸੂਚਕ ਸ਼ਬਦ ਦਾ। ਉਹਦੇ ਵੱਲ ਮੂੰਹ ਘੁਮਾ ਥੱਲੇ ਨੂੰ ਦੇਖ ਰਿਹਾ ਸੀ। ਉਹਨੇ ਖੜੀ-ਖੜੀ ਨੇ ਦੋਵੇਂ ਹੱਥ ਥੱਲੇ ਕੰਧ ਨਾਲ ਕਸਾ ਕੇ ਦਿਖਾਏ। ਚਾ ਮੱਛੇ ਨੇ ਤਾਂ ਸੋਚਿਆ ਨਾ ਵੀ ਉਹ ਤਾਂ ਥੱਲੇ ਬੀਹੇ ਚ ਖੜੀ ਹੈ। ਤੇ ਮੈਂ ਰੋਸ਼ਨਦਾਨ ਚ ਲੰਮਕਿਆ। ਜਦੋਂ ਉਹਨੇ ਪਿੱਛੇ ਲੱਗ ਰੰਗ ਲਾਉਣ ਲਈ ਦੋਵੇਂ ਹੱਥ ਛੱਡੇ ਤਾਂ ਛਪਾਲ ਪਿਆ ਸਿਰ ਪਰਨੇ। ਪੱਕੀ ਬੀਹੇ ਤੇ ਜ਼ੋਰ ਦੀ ਗਿਰਿਆ। ਹਾਏ ਉਹ ਬੀਬੀ ਮਾਰਤਾ। ਮੇਰੇ ਮੂੰਹ ਐ ਨਹੀਂ ਨਿਕਲਿਆ ਉੱਚੀ ਦੇਣੇ ਖੜਾਕ ਸੁਣ ਬੀਬੀ ਵੀ ਆਦੀ। ਕੀ ਹੋਇਆ ਕਿਥੋਂ ਗਿਰਿਆ ਹਾਈਵੇ ਕਰੰਟ ਤਾਂ ਨਹੀਂ ਖਾ ਲਿਆ ਨਾਲ ਹੀ ਬੀਬੀ ਨੇ ਅਧਰੋਂਦੀ ਆਵਾਜ਼ ਚ ਕਿਹਾ ਵੀ ਤੂੰ ਤਾਂ ਮੈਨੂੰ ਮਾਰ ਕੇ ਹੀ ਸਾਹ ਲਏਂਗਾ ਮੈਂ ਉੱਪਰ ਨੂੰ ਮੂੰਹ ਕਰੇ ਬਿਨਾਂ ਹੀ ਗੁੱਸੇ ਚ ਕਿਹਾ ਮੈਨੂੰ ਉਹਨੇ ਉਹਨੇ ਸਾਲੀ ਨੇ ਮੈਂ ਉਹਦੀ ਜੱਤ ਦਾ ਨਾਮ ਲੈ ਕੇ ਅਜੇ ਗੱਲ ਤੇ ਗੱਲ ਪੂਰੀ ਨਹੀਂ ਸੀ ਕੀਤੀ ਕਿ ਬੀਬੀ ਨੇ ਤਿੰਨ ਚਾਰ ਧਰਤੀਆਂ ਨਾ ਫੇਰ ਬੋਲੀ ਕੀ ਬਕਦਾ ਤੂੰ ਕੰਨਿਆ ਦੇਵੀ ਨੂੰ ਤੈਨੂੰ ਸ਼ਰਮ ਨਹੀਂ ਜਮਾ ਵੀ ਪਤਾ ਨਹੀਂ ਕਿਥੋਂ ਸਿੱਖਦਾ ਗੰਦਮੰਦ ਨਾ ਤੈ ਆਪਣਾ ਬੁੱਥਾ ਦੇਖਿਆ ਮਾਂ ਮੇਰੀ ਮੈਨੂੰ ਕੁੱਟ ਦੀ ਕੁੱਟ ਦੀ ਸਿੱਖਿਆ ਦੇ ਰਹੀ ਸੀ ਤੇ ਨਾਲ ਦੀ ਨਾਲ ਗੋਦੀ 'ਚ ਘੁੱਟ ਰਹੀ ਸੀ ਸੱਚੀ ਕਮਾਲੀ ਹੁੰਦੀ ਹੈ ਮਾਂ ਵੀ ਮੇਰੀ ਮਾਂ ਤਾਂ ਹੈ ਵੀ ਸਾਰੇ ਜੱਗ ਤੋਂ ਪਿਆਰੀ ਉਮਰੇ ਸਿੱਖ ਵੱਲੋਂ ਆਉਂਦੇ ਬਾਪੂ ਜੀ ਵੀ ਸਾਡੇ ਕੋਲ ਖੜ ਗਏ ਜਿਵੇਂ ਹਰੇਕ ਦਿਨ ਹਰੇਕ ਵਾਰੀ ਮੈਨੂੰ ਉਹ ਨਵੇਂ ਨਾਮ ਨਾਲ ਬੁਲਾਉਂਦੇ ਸੀ ਹਾਂ ਓਏ ਮਰਾਸੀਆ ਕੀ ਹੋਇਆ ਇੱਥੇ ਬੀਹ 'ਚ ਕੀ ਕਰਦੇ ਹੋ ਕਹਿ ਕੇ ਉਹ ਬੀਬੀ ਵੱਲ ਦੇਖਣ ਲੱਗ ਪਈ ਕਰਨਾ ਇਹਨੇ ਮੇਰਾ ਸਿਰ ਓਹ ਦੇਖ ਜੀ ਉੱਤੋਂ ਗਿਰਿਆ ਰੋਸ਼ਨਦਾਨ 'ਚ ਮੁਖਿਆ ਕਿਤੇ ਕਰੰਟ ਨੇ ਫੜ ਲਿਆ ਮੈਨੂੰ ਤਾਂ ਇੱਕ ਕੂਕ ਜੀ ਸੁਣੀ ਬਸ ਨਾ ਇਹ ਤੇਰਾ ਢੀਠ ਜਾ ਰੋਵੀ ਮੈਂ ਡਰ ਗਈ ਇਹਨੂੰ ਭੋਰਾ ਭਰ ਨੂੰ ਕੁੱਟ ਵੀ ਬੰਦਾ ਕਿੰਨਾ ਕਰ ਸਕਦਾ ਹੈ ਬੀਬੀ ਜਿਵੇਂ ਲਾਚਾਰ ਸੀ ਆਪਣੀ ਮਮਤਾ ਸਾਹਮਣੇ ਆਏ ਬੋਲ ਰਹੀ ਸੀ ਬਾਪੂ ਜੀ ਮੇਰੇ ਵੱਲ ਨੂੰ ਹੋ ਕੇ ਉਹ ਕੀ ਹੋਇਆ ਸੈਨਸੀਆ ਸੱਟ ਤਾਂ ਨਹੀਂ ਲੱਗੀ ਆਪਾਂ ਚੁੱਪ ਬਾਪੂ ਜੀ ਇਹ ਨਾਮ ਮਰਾਰੜੂ ਪਿੰਡ ਦੇ ਸੈਨਸੀ ਭਾਇਚਾਰੇ ਦੇ ਮੁੰਡਿਆਂ ਨੂੰ ਦੇਖ ਦੇਖ ਰੱਖਿਆ ਸੀ ਜਿਹੜੇ ਸਾਹੇ ਖਰਗੋਸ਼ ਮਾਰਨ ਸਾਡੇ ਖੂਹਾਂ ਲਾਉਂਦੇ ਰਹਿੰਦੇ ਸੀ ਸ਼ਿਕਾਰੀ ਕੁੱਤਿਆਂ ਨਾਲ ਜਸਵਿੰਦਰ ਭੈਣ ਨੇ ਗੇਰਿਆ ਬਾਪੂ ਮੈਨੂੰ ਜਿਹੜੀ ਕੁੜੀ ਨੂੰ ਕੁਝ ਪਲ ਪਹਿਲਾਂ ਮੈਂ ਜਾਤੀ ਸੂਚਕ ਸ਼ਬਦਾਂ ਨਾਲ ਸੰਬੋਧਨ ਕਰਦਾ ਸੀ ਉਹ ਬੀਬੀ ਦੇ ਥੱਪੜਾਂ ਨੇ ਜਸਵਿੰਦਰ ਭੈਣ ਬਣਾਤੀ ਸੀ ਜਾਂ ਕਹਿ ਲਓ ਚਪੇੜਾ ਮੂਰੇ ਭੂਤ ਸਲੀਕਾ ਸਿੱਖ ਗਿਆ ਸੀ ਮੈਨੂੰ ਥੋੜਾ ਹੌਸਲਾ ਹੋ ਗਿਆ ਸੀ ਜਦੋਂ ਬਾਪੂ ਜੀ ਆਏ ਉਹੀ ਬਚਾਉਂਦੇ ਸੀ ਬੀਬੀ ਕੋਲ ਪਰ ਜਦੋਂ ਬੀਪੀ ਨੇ ਬੀਬੀ ਨੇ ਦੱਸਿਆ ਵੀ ਇਹ ਕੁੜੀ ਨੂੰ ਗਲਤ ਬੋਲਿਆ ਹੈ ਤਾਂ ਬਾਪੂ ਜੀ ਨੇ ਵੀ ਕਰ ਲਿਆ ਹੱਥ ਸਿੱਧਾ ਮੈਂ ਸਾਰੀ ਉਮਰ ਔਰਤਾਂ ਦੀ ਕਦਰ ਕੀਤੀ ਐ ਇੱਕ ਮੂਰਖਤਾ ਨੂੰ ਛੱਡ ਕੇ ਜਿਹੜੀ ਮੈਂ ਗੋਲੂ ਭੱਦਲ ਥੂਆ ਤੇ ਮਿੱਠੇ ਸਹੌਲੀ ਵਰਗਿਆਂ ਨਾਲ ਬਦਮਾਸ਼ੀ ਵਾਲੀ ਫੀਲਿੰਗ ਚੱਕਦਿਆਂ ਨੇ ਕੀਤੀ ਸੀ ਮੂਰਖਤਾ ਨਹੀਂ ਕਹਿ ਸਕਦੇ ਉਹ ਸ਼ਾਇਦ ਇੱਕ ਪਾਪ ਸੀ ਜੋ ਮੈਨੂੰ ਹੁਣ ਤੱਕ ਤੰਗ ਕਰ ਰਿਹਾ ਹੈ ਕਦੇ ਕਦੇ ਤਾਂ ਬਹੁਤ ਕਾਣਤ ਆਉਂਦੀ ਹੈ ਆਪਣੇ ਆਪ ਤੋਂ ਖੈਰ ਇਹ ਵਾਰਤਾ ਅੱਗੇ ਜਾ ਕੇ ਕਰਾਂਗੇ ਉਦੋਂ ਬੀਹੀ ਚੋਂ ਅੰਦਰ ਲਾ ਜਾ ਕੇ ਮੈਨੂੰ ਹਲਦੀ ਵਾਲਾ ਦੁੱਧ ਪਿਲਾਇਆ ਗਿਆ ਮੇਰੇ ਸਿਰ ਚ ਬੱਟੇ ਜਿੱਡਾ ਗੁੰਮਾ ਜਿਹਾ ਹੋ ਗਿਆ ਸੀ ਗੁੱਸੇ ਚ ਇੱਕ ਵਟਾ ਚੱਕ ਕੇ ਲੱਭਦਾ ਫਿਰਾਂ ਜਿੱਥੇ ਜਸਵਿੰਦਰ ਟੱਕਰ ਗਈ ਸਿਰ ਚ ਮਾਰ ਕੇ ਬਦਲਾ ਲਵਾਂ ਉਸ ਦਿਨ ਦੋ ਅਹਿਮ ਘਟਨਾਵਾਂ ਘਟੀਆਂ ਇੱਕ ਤਾਂ ਗਾਲ ਕੱਢਣ ਤੋਂ ਮਿਲੀ ਸਿੱਖਿਆ ਸੀ ਵੀ ਛੋਟੀ ਜਾਤ ਬਾਰੇ ਬੋਲਣਾ ਹੀ ਗਲਤ ਨਹੀਂ ਹੁੰਦਾ ਕਿਸੇ ਨੂੰ ਛੋਟਾ ਸਮਝਣਾ ਵੀ ਪਾਪ ਹੈ ਤੇ ਦੂਜੀ ਸੀ ਸਾਡੇ ਗਵਾਨ ਚ ਰਹਿੰਦੇ ਉਮਰੇ ਸਿੱਖ ਦੀ ਆਖਰੀ ਵਿਦਾਈ ਜਾਂ ਕਹਿ ਲਓ ਮੌਤ ਤੋਂ ਬਾਅਦ ਘਰ ਵਾਪਸੀ ਕਿਉਂਕਿ ਉਵੇਂ ਨਹੀਂ ਸੀ ਹੋਣਾ ਚਾਹੀਦਾ ਜਿਵੇਂ ਉਸ ਦਿਨ ਹੋਇਆ ਬਹੁਤ ਗਲਤ ਸੀ ਉਹ ਦ੍ਰਿਸ਼ ਸ਼ਾਇਦਾਂ ਪੜਤਾ ਕਰਕੇ ਪਿੰਡ ਦੇ ਸਿਆਣੇ ਲੋਕ ਖੜੇ ਦੇਖਦੇ ਰਹੇ ਜਿਵੇਂ ਕੁਝ ਹੋਇਆ ਹੀ ਨਾ ਹੋਵੇ ਜਿਵੇਂ ਮਰਨ ਵਾਲਾ ਸਾਡੇ ਪਿੰਡ ਦਾ ਨਾ ਹੋਵੇ ਜਿਵੇਂ ਬਗਾਨਾ ਕਰਤਾ ਸੀ ਉਸ ਦਿਨ ਬੀਹੇ ਚ ਟੋਟਣ ਬਣਾ ਕੇ ਮੈਂ ਜਸਵਿੰਦਰ ਨੂੰ ਲੱਭਦਾ ਉਮਰੇ ਤਾਏ ਦੇ ਘਰੇ ਜਾ ਬੜਿਆ ਲੋਟ ਜਾ ਕਰੋ ਇਹਨੂੰ ਬਣਾਈਏ ਉਮਰਾਉਦੀਨ ਖੇਲਜੀ ਵੱਡੇ ਖਾਲਸੇ ਨੂੰ ਦੀਨਾ ਬੋਲ ਰਿਹਾ ਸੀ ਖੇਲਜੀ ਉਮਰੇ ਤਾਏ ਦਾ ਗੋਤ ਹੈ ਤੇ ਉਮਰਾਉਦੀਨ ਉਹਦਾ ਨਾਮ ਹੈ ਜੋ ਬਾਅਦ ਚ ਸਿੰਘ ਸੱਜ ਕੇ ਉਹਨੇ ਉਮਰਾ ਸਿੰਘ ਰੱਖ ਲਿਆ ਸੀ ਪਿੰਡ ਦੇ ਲੋਕ ਉਹਨੂੰ ਮਰਾ ਸਿੱਖ ਸਿੱਖ ਹੀ ਕਹਿੰਦੇ ਸੀ ਦੀਨੇ ਮਸੀ ਨੇ ਬਹੁਤ ਭੈੜੀ ਟੀਚਰ ਕੀਤੀ ਸੀ ਮਰੇ ਪਏ ਤਾਏ ਨੂੰ ਉਸ ਤਰ੍ਹਾਂ ਤਿੱਖਾ ਕਰਦਾ ਉਹ ਜਮਾ ਮੀਟ ਵੇਚਣ ਵਾਲਾ ਕਸਾਈ ਲੱਗਦਾ ਸੀ ਫਿਰ ਉਹਨੇ ਮੋਢੇ ਤੋਂ ਪਰਨਾ ਓਟੀਏ ਤੇ ਰੱਖਦੇ ਨੇ ਬੰਦਿਆਂ ਵੱਲ ਵੇਖਿਆ ਜੋ ਮੌਲਵੀ ਸਮੇਤ ਮਰਹੂਮ ਸਰਦਾਰ ਉਮਰ ਸਿੰਘ ਨੂੰ ਮਤਲਬ ਪਿੰਡ ਦੇ ਸਾਂਝੇ ਉਮਰੇ ਤਾਏ ਦੀ ਮਜ਼ਹਬ ਵਾਪਸੀ ਕਰਾ ਰਹੇ ਸੀ ਕੇਸ ਨੂੰਨ ਕੇ ਇੱਕ ਸੱਚੇ ਸਿੰਘ ਨੂੰ ਵਾਪਸ ਖਾਨ ਬਣਾ ਰਏ ਸੀ ਉਹਨਾਂ ਦੇ ਮੂੰਹਾਂ ਤੇ ਕਿਸੇ ਜਿੱਤ ਦਾ ਜਲਵਾ ਸੀ ਸਾਰੇ ਖੁਸ਼ ਸਨ ਬਹੁਤ ਵੱਡਾ ਹੋ ਕੇ ਮੈਨੂੰ ਇਹ ੱਤਕਾ ਲੱਗਦਾ ਰਿਹਾ ਤੇ ਬਹੁਤ ਬੁਰਾ ਵੀ ਕਿਉਂਕਿ ਤਾਇਆ ਤਾਂ ਕਿਸਾਂ ਨੂੰ ਉਹਦੀ ਮੋਹਰ ਮੰਨਦਾ ਸੀ ਚੰਗੀ ਤਰ੍ਹਾਂ ਯਾਦ ਹੈ ਮੈਂ ਇੱਕ ਵਾਰੀ ਬਾਪੂ ਨੂੰ ਕੇਸ ਕਟਾਉਣ ਲਈ ਕਿਹਾ ਬਾਪੂ ਤਾਂ ਕੁਝ ਨਾ ਬੋਲੇ ਪਰ ਚੁੱਲ੍ਹੇ ਦੀ ਅੱਗ ਲੈਣ ਆਇਆ ਉਮਰਾ ਤਾਇਆ ਮੈਨੂੰ ਭੱਜ ਕੇ ਪੈ ਗਿਆ ਹੈ ਕੰਜਰ ਬਣਾਵਾ ਇਹਨੂੰ ਬਾਪੂ ਮੇਰੇ ਮੂੰਹ ਚੋਂ ਨਿਕਲ ਗਿਆ ਸੀ ਫੇਰ ਕੀ ਹੁੰਦਾ ਤਾਇਆ ਫਿਰ ਆ ਜਾਣਗੇ ਕਰਿਓ ਸ਼ੇਰ ਨੂੰ ਲੋਟ ਜਿਆ ਕਰਾ ਇਹਨੂੰ ਸੂਤ ਉਦੋਂ ਤਾਂ ਗੁੱਸਾ ਆਇਆ ਤਾਇਏ ਤੇ ਪਰ ਬਾਅਦ ਚ ਸਮਝ ਆਈ ਕਿ ਤਾਇਆ ਸਹੀ ਸੀ ਕੇਸ ਪੱਗ ਸਿਰਫ ਧਰਮਕ ਹੀ ਨਹੀਂ ਸਭਿਆਚਾਰਕ ਨਿਸ਼ਾਨੀ ਵੀ ਹਨ ਫਿਰ ਉਹਨੇ ਬਾਪੂ ਨੂੰ ਵੀ ਕਿਹਾ ਪੂਰੇ ਗੁੱਸੇ ਚ ਸ਼ੇਰ ਹੱਸ ਕੇ ਨਹੀਂ ਸਰਨਾ ਇਹਨੂੰ ਸਮਝਾ ਕੇਸ ਕੋਈ ਵਾਲਾਂ ਦਾ ਗੁੱਛਾ ਨਹੀਂ ਵੀ ਕੱਟ ਕੇ ਨਾਲੀ ਚ ਗੇਰ ਦੋ ਕੇਸ ਤਾਂ ਦਸ਼ਮੇਸ਼ ਦੀ ਮੋਹਰ ਨੇ ਮੋਰ ਉਨੇ ਨੋਹਰਾ ਵੀ ਮਾਰਿਆ ਸੀ ਜਿਹੜਾ ਸਾਰੇ ਟੱਬਰ ਨੂੰ ਪਿੰਡ ਦੇ ਹੋਰ ਲੋਕ ਵੀ ਮਾਰਦੇ ਨੇ ਪਰ ਤੂੰ ਹੀ ਤਾਂ ਨੌਂ ਦੇ ਜੱਟੋਂ ਗੁਰੂ ਘਰ ਤਾਂ ਤੂੰ ਹੀ ਕਦੀ ਵੜ ਕੇ ਨਹੀਂ ਦੇਖਿਆ ਸੱਚੀ ਗੱਲ ਸੀ ਤਾਈ ਦੀ ਸਾਡਾ ਟੱਬਰ ਨਾ ਧਾਰਮਿਕ ਤੇ ਨਾ ਹੀ ਕਾਮਰੇਡ ਉਹ ਦਿਨ ਦੀਨਾ ਗੁਰੂ ਦੀਆਂ ਮੋਹਰਾਂ ਪੈਰਾਂ 'ਚ ਰੋਲੀ ਜਾ ਰਿਆ ਸੀ ਮੈਨੂੰ ਲੱਗਿਆ ਉਹਨੇ ਉਮਰੇ ਸਿੱਖ ਦੇ ਕੇਸ ਮੁੰਨ ਕੇ ਕੁਝ ਗਲਤ ਕੀਤਾ ਦੂਜੇ ਪਾਸੇ ਦਾ ਦ੍ਰਿਸ਼ ਇਹ ਤੋਂ ਵੀ ਭੜਾ ਸੀ ਉਮਰਾਉਦੀਨ ਤਾਈ ਦੀਆਂ ਭਾਬੀਆਂ ਨੇ ਤੇ ਭਾਈਆਂ ਦੀਆਂ ਨੂਹਾਂ ਨੇ ਕਦੇ ਉਹਦੇ ਕੱਪੜੇ ਨਹੀਂ ਸੀ ਤੋਤੇ ਦੁਆ ਸਲਾਮ ਨਹੀਂ ਸੀ ਕੀਤੀ। ਉਸ ਦਿਨ ਕੱਪੜਿਆਂ ਦੀਆਂ ਗੱਟੜੀਆਂ ਫਰੋਲ ਰਹੀਆਂ ਸੀ। ਲਾਲਸ ਐਵੇਂ ਦੀ ਜਿਵੇਂ ਉਹ ਡੀਕ ਰਹੀਆਂ ਹੁਣ ਕਿ ਬੁੜਾ ਕਦੋਂ ਮਰੂ। ਤੇਜੀ ਐਨੀ ਸ਼ਾਇਦ ਕੋਈ ਟੂਮ ਟੱਲਾਈ ਹੱਥ ਲੱਗ ਜੇ। ਤੋਤੇ ਦੀ ਬੀਬੀ ਅਰਗੀਆਂ ਤਾਂ ਬੁੜਬੁੜ ਵੀ ਕਰ ਰਹੀਆਂ ਸਨ ਸ਼ਰਮ ਨਹੀਂ ਆਉਂਦੀ ਕੰਜਰੀਆਂ ਨੂੰ। ਮੈਂ ਗੁੱਸੇ 'ਚ ਵੱਟੇ ਨੂੰ ਘੁੱਟੀ ਜਾਵਾ। ਜਿਹੜਾ ਜਸਵਿੰਦਰ ਦੇ ਮਾਰਨ ਨੂੰ ਚੱਕਿਆ ਹੋਇਆ ਸੀ। ਪਰ ਟੂਮ ਕਿਹੜੀ ਲੱਭਣੀ ਸੀ? ਉਸ ਫਕਰ ਫਕੀਰ ਕੋਲ ਤਾਂ ਬਸ ਪੁਰਾਣੀਆਂ ਯਾਦਾਂ ਸਨ ਤਕਲੀਫਦਾਇਕ ਪੁਰਾਣੇ ਸਮਾਨ ਤੋਂ ਬਿਨਾਂ ਕੁਝ ਵੀ ਨਹੀਂ ਸੀ ਜੋ ਕਿਸੇ ਦੇ ਕੰਮ ਆਉਂਦਾ ਤਾਇਆ ਤਾਂ ਵਿਚਾਰਾ ਨਰਕੀ ਕੈਰ ਤੋਂ ਵੀ ਕਹਿਰੀ ਵੰਡ ਦਾ ਝੰਬਿਆ ਹੋਇਆ ਸੀ ਉਹ ਤਾਂ ਇੱਕ ਰਾਤ 'ਚ ਹੀ ਆਪਣਾ ਸਾਰਾ ਧਨ ਪਰਿਵਾਰ ਗਵਾ ਚੁੱਕਿਆ ਸੀ ਹਿੰਦੂ ਸਿੱਖ ਦੰਗਾਕਾਰੀਆਂ ਤੋਂ ਜਾਨ ਬਚਾਉਣ ਲਈ ਭਜੇ ਫਿਰਦਾ ਮਸਾਂ ਬਚਿਆ ਸੀ ਉਸ ਮੀਨਹਰੀ ਵਾਲੀ ਰਾਤ ਫਿਰ ਧਰਮ ਬਦਲ ਕੇ ਸਿੰਘ ਸਜ ਗਿਆ ਸੀ ਉਸੇ ਰਾਤ ਤੋਂ ਹੀ ਸਾਡੇ ਪਿੰਡ ਰਹਿਣ ਲੱਗ ਪਿਆ ਸੀ ਇੱਕ ਪੱਕਾ ਸਿੱਖ ਬਣ ਕੇ ਸਾਰਾ ਟੱਬਰ 47 ਦੀ ਭੇਂਟ ਚੜ ਗਿਆ ਇੱਕ ਛੋਟਾ ਮੁੰਡਾ ਬਚਿਆ ਸੀ ਤੇ ਉਹ ਵੀ ਕਿਵੇਂ ਨਾ ਕਿਵੇਂ ਪਾਕਿਸਤਾਨ ਜਾ ਵੜਿਆ ਉਹ ਸਰਹੰਦੀ ਇੱਟ ਦੇ ਬਣੇ ਢੇਜੇ ਮਕਾਨ 'ਚ ਹੀ ਰਹਿੰਦਾ ਰਿਹਾ ਜਦੋਂ ਕਿ ਭਰਾ ਨੂਰਦੀਨ ਦਾ ਪਰਿਵਾਰ ਰੰਗੀ ਵਸਦਾ ਰਿਹਾ ਦੋ ਗਲੀਆਂ ਛੱਡ ਕੇ ਪਰ ਉਮਰੇ ਤਾਈ ਨੂੰ ਗੁੱਸਾ ਸੀ ਕਿ ਭਰਾ ਦੇ ਭਰਾ ਨੇ ਪਰਿਵਾਰ ਨੂੰ ਬਚਾਉਣ 'ਚ ਮਦਦ ਨਹੀਂ ਕੀਤੀ ਸਗੋਂ ਮੌਤ ਦੇ ਮੂੰਹ 'ਚ ਛੱਡ ਭੱਜ ਆਇਆ ਸੀ ਪਿੱਠ ਦਿਖਾ ਕੇ ਉਧਰ ਉਹਦੇ ਸ਼ਰੀਕਤਾ ਕਰਦੇ ਸ਼ਰੀਕਤਾ ਕਰਕੇ ਗੁੱਸੇ ਰਹੇ ਕਿ ਉਮਰਾਉਦੀਨ ਨੇ ਧਰਮ ਨਾਲੋਂ ਜਾਨ ਪਿਆਰੀ ਸਮਝੀ ਤੇ ਇਸਲਾਮ ਨੂੰ ਦਾਗ ਲਵਾਤਾ ਸਿੰਘ ਸਜਾ ਕੇ ਉਹ ਇਹ ਗੱਲ ਭੁੱਲ ਗਏ ਸੀ ਕਿ ਉਹਦੋਂ ਰੱਬ ਨਾਲੋਂ ਕੁਸੌਣ ਨੇੜੇ ਸੀ ਕਈ ਵਾਰ ਪੁੱਛਣ ਤੇ ਉਹ ਦੱਸਦਾ ਦੱਸਦਾ ਗੁੰਮਜਿਆ ਹੋ ਜਾਂਦਾ ਦਰਅਸਲ ਉਹਨੂੰ ਵੱਡੇ ਪੁੱਤਰ ਦੇ ਢਿੱਡ ਦੀਆਂ ਆਂਦਰਾਂ ਬਿਨਾਂ ਨਾਗਾ ਦਿਸਦੀਆਂ ਸੀ ਜੋ ਸੋਹਣ ਖੱਤਰੀ ਨੇ ਜੈ ਸ਼੍ਰੀ ਰਾਮ ਕਹਿ ਕੇ ਕੱਢਤੀਆਂ ਸੀ ਢਿੱਡ 'ਚ ਬਰਖਾ ਮਾਰ ਕੇ ਤਾਇਆ ਦੱਸਦਾ ਹੁੰਦਾ ਸੀ ਬਈ ਉਹ 부ਛੜ ਸੌਣ ਨੇ ਬਰਛਾ ਦੋਵੇਂ ਪਾਸੇ ਨੂੰ ਘੁਮਾ ਕੇ ਫਿਰ ਖਿੱਚ ਕੇ ਬਾਹਰ ਕੱਢਿਆ ਸੀ ਤਾਇਆ ਫਿਰ ਚੁੱਪ ਹੋ ਜਾਂਦਾ ਗੱਲ ਦੱਸਦਾ ਦੱਸਦਾ ਜਿਵੇਂ ਕੁਝ ਦਿਸਣ ਲੱਗ ਪੈਂਦਾ ਹੋਵੇ ਉਸ ਦਿਨ ਮੈਨੂੰ ਦੀਨੇ ਮਰਾਸੀ ਦੀ ਟੀਚਰ ਸੂਲ ਵਾਂਗੂ ਚੁਬੀ ਸੀ ਕਿ ਲੋਟ ਜਾਇਆ ਕਰੋ ਇਹ ਉਮਰੇ ਤਾਇਏ ਦਾ ਤਕੀਆ ਕਲਾਮ ਸੀ ਕਵਾਮੀ ਕਿਆ ਕਰਦਾ ਸੀ ਕਰੀ ਇਹਨੂੰ ਲੋਟ ਜਾ ਹੋਈ ਕਿਹੜਾ ਲੋਟ ਜਾ ਮੈਂ ਥੋੜਾ ਜਿਆਦਾ ਛੋਟਾ ਸੀ ਕੁਝ ਉਸ ਦਿਨ ਮਾਹੌਲ ਹੋਰ ਤਰ੍ਹਾਂ ਦਾ ਸੀ ਨੇ ਇੱਕ ਵਾਰੀ ਤਾਂ ਜੀ ਕਰਿਆ ਸੀ ਸਾਲੇ ਦੀਨੇ ਦੇ ਸਿਰ ਚੋਂ ਤੀਰੀ ਚਲਾ ਦੇ ਆ ਮੱਟਾ ਮਾਰ ਕੇ ਬਹੁਤ ਭੜਾ ਲੱਗਿਆ ਸੀ ਮਰਾਸੀ ਵੀ ਤੇ ਸਾਰੇ ਹੋਰ ਤਮਾਸ਼ੀ ਵੀ ਧੰਨਵਾਦ